दुनिया का हर एक फल वाला बूटा इत्थे मौजूद आ। बाहरले देशों वाले भी तो अपने जिहड़े लोकल बूटे आ उह सारे हैगे आ, जिन्हां च जिवें परसेमन फ्रूट आ, जपानी फल आ, एवोकैडो आ, लीची आ, ड्रैगन आ, अपने अंब दियां वरायटियां जिहड़ियां महंगीआं महंगीआं हैगीआं, अलफांसो आ, नैमडॉक मई आ, ताइआनो तमागो आ, उह सारीआं वरायटियां हैगीआं। इदों बिना जिहड़ियां अमरूदां दियां जिहड़े हुण बाहरले रैड डायमंड वरायटी आ, 250 रुपए किलो अमरूद विकदा उह हैगे आ, ते कोई भी मतलब एहो जिहा बूटा है ही नहीं गा जिहड़ा मेरे कोले ना होवे। जापान तो अंब इंपोर्ट करवाए सीगे ते उन्हां दी फिर ग्राफ्टिंग होई ते ओह ताइआनो तमागो जां मियां जाकी अंब कहिंदे उन्हां नूं, जापान दा शहर आ मियां जाकी, उत्थों ओह मतलब पैदा होया अंब, ते ओह 2019 च इंटरनेशनल लैवल ते ओह अंब 2.5 लाख रुपए किलो विकिआ, उहदे असीं बूटे लिया के लाए आ। ਤੇ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਰਾਨ ਸੀਗੇ ਵੀ ਤੁਹਾਡੇ ਕੋਟਕਪੂਰੇ 'ਚ ਲੀਚੀਆਂ ਕਿਵੇਂ ਹੋ ਗਈਆਂ, ਹੁੰਦੀਆਂ ਨਹੀਂ ਮਾਲ ਵਿੱਚ, ਸਾਡੇ ਲੀਚੀ ਹੁੰਦੀ ਆ, ਫਲ ਵੀ ਲੱਗਦਾ ਬਹੁਤ ਵਧੀਆ। ਆਲੂ ਬੁਖਾਰੇ ਦਾ ਬਾਗ ਲਾਇਆ, ਪਹਿਲਾਂ ਅਸੀਂ ਲਾਇਆ, ਫਿਰ ਮੇਰੇ ਚਾਚੇ ਦੇ ਲੜਕੇ ਨੇ ਲਾਇਆ, ਦੇਖਿਆ ਵੀ ਕਾਮਯਾਬ ਆ, ਉਹਨਾਂ ਨੇ ਵੀ ਲਾਇਆ, ਅਤੇ ਸਾਡਾ ਕੋਈ, ਮੈਂ ਇਹ ਆ ਵੀ ਕੋਈ ਪਰਮਾਤਮਾ ਨੇ ਜਿਹੜਾ ਸਾਡੇ ਥਰੂ ਕੰਮ ਕਰਨਾ, ਵੀ ਸਾਡੇ ਸਾਰੇ 20-25 ਘਰਾਂ 'ਚ ਸਾਨੂੰ ਦੇਖ ਕੇ ਅੱਧਾ ਅੱਧਾ ਕਿੱਲਾ ਜ਼ਮੀਨ ਹਰੇਕ ਨੇ ਛੱਡ ਲਈ, ਘਰੇਲੂ ਬਗੀਚੀ ਆ। ਮਤਲਬ ਉਹੋ ਜਿਹੀਆਂ ਚੀਜ਼ਾਂ ਦਿਖਾ ਸਕਦੇ ਜਿਹੜੀਆਂ ਕਹਿੰਦੇ ਸੀ ਵੀ ਇੱਥੇ ਤਾਂ ਪੋਸੀਬਲ ਹੀ ਨਹੀਂ, ਪਰ ਹੋ ਗਈਆਂ। ਆਪਾਂ, ਮੈਂ ਚਾਹੂੰਗਾ ਵੀ ਆਪਾਂ ਉਹ ਵੀ ਦੇਖੀਏ। ਇਹ ਤੁਸੀਂ ਦੇਖੋ ਜੀ, ਇਹ ਪਿੱਛੇ ਜਿਹੜਾ ਤੁਹਾਡੇ ਅੰਬ ਦੇ ਸਰਿਆ ਹੈਗਾ, ਇਹ ਅਲਫਾਂਸੋ ਅੰਬ ਆ ਜੀ। ਜੀ, ਇਹ ਵਾਲਾ। ਹਾਂਜੀ, ਇਹ ਇੰਡੀਆ ਦੇ ਸਭ ਤੋਂ ਮਹਿੰਗੇ ਅੰਬਾਂ 'ਚ ਆਉਂਦਾ, ਵੀ ਇਹ 1500-1800 ਰੁਪਏ ਕਿਲੋ ਅੰਬ ਆ। ਜਿਹੜਾ ਤੁਸੀਂ ਇਹ ਫਲਦਾਰ ਬੂਟੇ ਲਾਉਣੇ ਜਾਏ, ਇਹਦਾ ਫਿਰ ਤੁਸੀਂ ਬਾਈ ਘਰ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਕਿ ਬਾਹਰ ਤੁਸੀਂ ਵੇਚ ਵੀ ਰਹੇ ਹੋ? ਨਹੀਂ, ਮੇਰੇ ਨਹੀਂ, ਮਾਰਕੀਟ 'ਚ ਜਾਂਦੇ ਆ। ਮਾਰਕੀਟ 'ਚ ਮੇਰਾ ਜਿਹੜਾ ਫਰੂਟ ਹੈਗਾ ਖੜਦਾ ਨਹੀਂ ਗਾ ਲੋਕ, ਕਿਉਂਕਿ ਮੈਂ ਕੋਈ ਜਿਹੜਾ ਅੰਬ ਆ ਚੀਕੂ ਆ ਮਸਾਲੇ ਨਾਲ ਪੱਕਦਾ, ਮੈਂ ਅੱਜ ਤਾਈਂ ਮਸਾਲਾ ਨਹੀਂ ਲਾਇਆ ਕਿਸੇ ਫਲ ਨੂੰ ਕਿਹਾ। ਠੀਕ ਹੈ, ਮੈਂ ਕਹਿੰਦਾ ਵੀ ਕੱਚਾ ਚਾਹੀਦਾ, ਤੁਸੀਂ ਕੱਚਾ ਦੱਸੋ, ਮਾਰਕੀਟ 'ਚ ਕੱਚਾ ਭੇਜ ਦਿਆਂਗੇ, ਪੱਕਾ ਚਾਹੀਦਾ ਪੱਕਾ, ਔਰਗੈਨਿਕ ਤਰੀਕੇ ਨਾਲ ਮੈਂ ਪਕਾਉਣਾ, ਅਤੇ ਮੈਨੂੰ ਵਿਕਰੀ ਦੀ ਕਦੇ ਕੋਈ ਪ੍ਰੋਬਲਮ ਨਹੀਂ ਆਈ। ਇਹ ਹਿਮਸਾਗਰ ਅੰਬ ਬਾਈ ਤੁਸੀਂ ਦੇਖੋ, ਛੋਟਾ ਜਿਹਾ ਬੂਟਾ ਇਹ 4 ਸਾਲ ਦਾ, ਅਤੇ ਐਵੇਂ ਭਰਿਆ ਪਿਆ ਜਦੋਂ ਕੈਤਕੀ ਨਹਿਰੀਆਂ ਨੇ ਬਹੁਤ ਨੁਕਸਾਨ ਕੀਤੇ ਆ। ਇਹ ਮੀਆਂ ਜਾਕੀ ਜਾਂ ਤਾਈਆਨੋ ਤਮਾਗੋ ਇਹਨੂੰ ਅੰਬ ਕਹਿੰਦੇ ਜੀ। ਮਤਲਬ ਵੀ ਜਿਹੜਾ ਇਹ ਬੂਟਾ ਗਾ, ਇਹ ਤੁਸੀਂ ਕਹਿਣੋ ਵੀ ਅੰਬ ਇਹ 2.5 ਲੱਖ ਰੁਪਏ ਕਿਲੋ ਆ? ਹਾਂ, ਇਹਦਾ ਲਾਲ ਰੰਗ ਦਾ ਅੰਬ ਹੁੰਦਾ ਜੀ, ਉੱਪਰੋਂ ਲਾਲ ਰੰਗ ਦਾ ਅਤੇ ਵਿੱਚੋਂ ਕੇਸਰੀ ਸੰਤਰੀ ਰੰਗ ਦਾ ਨਿਕਲਦਾ ਗੁੱਦਾ, ਅਤੇ ਇਹਨੂੰ ਐਗ ਆਫ ਸਨ ਸਨ ਦਾ ਸੂਰਜ ਦਾ ਅੰਡਾ ਕਿਹਾ ਜਾਂਦਾ ਕਿਹਾ ਜਾਂਦਾ ਉਹ ਅੰਬ ਆ ਜੀ। ਇਹ ਕੁਛ ਕੁ ਯੂਟਿਊਬ ਨੇ ਜਾਂ ਹੋਰ ਚੀਜ਼ਾਂ ਨੇ ਸਾਡੀ ਇਸ ਗੱਲੋਂ ਸਹਾਈ ਹੋਈਆਂ, ਜਦੋਂ ਅਸੀਂ ਉੱਥੋਂ ਜਾਣਕਾਰੀ ਮਿਲੀ ਅਤੇ ਫਿਰ ਅਸੀਂ ਕਿਹਾ ਵੀ ਅਸੀਂ ਬੂਟੇ ਜਿਹੜੇ ਹੈਗੇ ਆ ਇਹਨਾਂ ਚੀਜ਼ਾਂ ਦੇ ਲਿਆਈਏ। ਜਿਹੜਾ ਫਲ ਹੁੰਦਾ, ਮੰਨ ਲਓ ਆਲੂ ਬੁਖਾਰਾ, ਆਲੂ ਬੁਖਾਰੇ ਦਾ ਪੱਕਣ ਦਾ ਪੀਰੀਅਡ 16 ਦਿਨਾਂ ਦਾ, 15-16 ਦਿਨਾਂ ਦਾ। ਜਦੋਂ ਆਲੂ ਬੁਖਾਰਾ ਪੱਕਣਾ ਸ਼ੁਰੂ ਹੋ ਗਿਆ, ਜੇ 15-16 ਦਿਨਾਂ 'ਚ ਤੋੜ ਕੇ ਮੰਡੀ ਤੁਸੀਂ ਭੇਜਤਾ, ਨਹੀਂ ਉਹਨੇ ਥੱਲੇ ਡਿੱਗ ਕੇ ਗਲ ਜਾਣਾ। ਜਿੰਨਾ ਚਿਰ ਖੇਤੀ ਮਾੜ ਖੇਤ 'ਚ ਨਹੀਂ ਆਉਂਦੇ ਗੇ ਉਨਾ ਚਿਰ ਉਹਨਾਂ ਦਾ ਕੋਈ। ਹਰਿਆਣੇ 'ਚੋਂ ਮੈਨੂੰ ਬਹੁਤ ਸਪੋਰਟ ਮਿਲੀ, ਹਰਿਆਣਾ ਯੂਨੀਵਰਸਿਟੀ 'ਚੋਂ, ਹਿਮਾਚਲ 'ਚੋਂ ਮੈਂ ਬਿਲਾਸਪੁਰ ਤੋਂ ਲਿਆਉਂਦੇ ਹੈਗੇ ਆ ਸੇਬ, ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕਰਦੇ ਹੈਗੇ ਆ ਉੱਥੋਂ ਦੇ ਡਾਕਟਰ ਦਾ, ਜਿਹੜੇ ਸਾਡੇ ਲੋਕਲ ਕੁਛ ਨਹੀਂ ਕਰ ਰਹੇ, ਉਹ ਤਾਂ ਸਾਨੂੰ ਬਸ ਖੁਸ਼ ਹੋ ਜਾਂਦੇ ਆ ਦੇਖ ਕੇ ਵੀ ਤੁਸੀਂ ਇੰਨੇ ਇੰਨੇ ਵਧੀਆ ਬੂਟੇ ਆਪਦੇ ਘਰ ਲਾਏ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ, ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਇੱਕ ਹੋਰ ਖਾਸ ਮੁਲਾਕਾਤ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਬਹੁਤ ਸਾਰੀਆਂ ਕਹਾਵਤਾਂ ਗੀਆਂ ਜਿਹੜੀਆਂ ਬਣੀਆਂ ਗੀਆਂ, ਕਹਿੰਦੇ ਨੇ ਵੀ ਜੇ ਤੁਸੀਂ ਸਵਰਗ ਦੇਖਣਾ ਗਾ ਉਹਦੇ ਲਈ, ਕੋਈ ਕਹਿੰਦਾ ਗਾ ਵੀ ਮਰਨਾ ਪਊਗਾ, ਕੋਈ ਕਹਿੰਦਾ ਗਾ ਇੱਥੇ ਹੀ ਸਵਰਗ ਆ। ਪਰ ਜੇ ਅਸੀਂ ਅੱਜ ਦੀ ਮੁਲਾਕਾਤ ਦੀ ਗੱਲ ਕਰਦੇ ਹਾਂ, ਅੱਜ ਅਸੀਂ ਜਿਸ ਨੌਜਵਾਨ ਨੂੰ ਤੁਹਾਡੇ ਰੂਬਰੂ ਕਰਾਂਗੇ, ਉਹ ਪੜ੍ਹੇ ਲਿਖੇ ਵੀ ਨੇ ਪਰ ਉਹਨਾਂ ਨੇ ਆਪਦੀ ਪੜ੍ਹਾਈ ਦਾ ਜਿਹੜਾ ਗਾ ਲਾਹਾ ਵੀ ਲਿਆ ਗਾ। ਲਾਹਾ ਕਿਸ ਰੂਪ 'ਚ ਲਿਆ ਗਾ? ਉਹ ਅਜਿਹਾ ਰੂਪ ਆ ਜਿਹਨੂੰ ਅਸੀਂ ਕੁਦਰਤ ਨਾਲ ਜੋੜ ਕੇ ਦੇਖਦੇ ਹਾਂ। ਆਪਣੇ ਘਰ ਦੇ ਵਿੱਚ ਹੀ ਬਾਗ ਲਾਇਆ ਗਿਆ ਇੱਕ ਛੋਟਾ ਜਿਹਾ, ਪਰ ਇਹ ਬਾਗ ਦੇ ਵਿੱਚ ਤੁਹਾਨੂੰ ਦੁਨੀਆ ਭਰ ਦਾ ਹਰ ਇੱਕ ਬੂਟਾ, ਖਾਸ ਕਰਕੇ ਫਲਾਂ ਵਾਲੇ ਬੂਟੇ ਮਿਲਣਗੇ। ਅੱਜ ਅਸੀਂ ਮੌਜੂਦ ਹਾਂ ਸ਼ਹਿਰ ਕੋਟਕਪੁਰਾ ਦੇ ਵਿੱਚ, ਅਤੇ ਸਾਡੇ ਨਾਲ ਮੌਜੂਦ ਰਹਿਣਗੇ ਬਾਈ ਸਿਮਰਜੀਤ ਸਿੰਘ ਕੋਟਕਪੁਰਾ। ਬਾਈ ਜੀ, ਸਵਾਗਤ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਠਾਕ ਹੋ? ਚੜ੍ਹਦੀ ਕਲਾ ਜੀ। ਸਭ ਤੋਂ ਪਹਿਲਾਂ ਸਵਾਲ ਤਾਂ ਸਿਮਰ ਬਾਈ ਮੇਰਾ ਇਹੀ ਆ, ਤੁਹਾਨੂੰ ਵੀ ਜਿਹੜਾ ਆਹ ਆਈਡੀਆ ਗਾ ਬਾਗ ਲਾਉਣ ਦਾ ਘਰ ਦੇ ਵਿੱਚ, ਇਹ ਤੁਹਾਨੂੰ ਆਇਆ ਕਿ ਤੁਹਾਡੇ ਵੱਡਿਆਂ ਨੂੰ ਸੀ, ਇਹ ਕਿਵੇਂ ਮਤਲਬ ਗੱਲ? ਇਹ ਮੇਰੇ ਬਜ਼ੁਰਗਾਂ ਨੂੰ, ਮੇਰੇ ਪਿਤਾ ਜੀ ਨੂੰ ਇਹ ਆਈਡੀਆ ਆਇਆ ਸੀਗਾ ਜੀ। ਜੀ, ਉਹ ਇੰਟਰਨੈਸ਼ਨਲ ਅਥਲੀਟ ਸੀਗੇ ਤੇ ਸਾਰਾ ਇੰਡੀਆ ਉਹ ਮਤਲਬ ਸਪੋਰਟਸ 'ਚ ਘੁੰਮੇ ਸੀ, ਉਹਨਾਂ ਨੇ ਵੱਖ ਵੱਖ ਥਾਵਾਂ 'ਤੇ ਜਿੱਥੇ ਜਾਣਾ ਉਹਨਾਂ ਨੇ ਵਧੀਆ ਬੂਟੇ ਦੇਖ
ਸਿੱਖਣੇ ਤੇ ਉਹਨਾਂ ਨੂੰ ਸ਼ੌਕ ਸੀਗਾ ਵੀ ਮੈਂ ਬੂਟੇ ਲਾਵਾਂ। ਉਦੋਂ ਬਾਅਦ ਇੱਕ ਵਾਰੀ ਇੱਕ ਐਥਲੈਟਿਕਸ ਮੀਟ ਤੇ ਉਹ ਮਹਿੰਦਰ ਸਿੰਘ ਰੰਧਾਵਾ ਨੂੰ ਮਿਲੇ ਤੇ ਮਹਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੂੰ ਇੰਸਪਾਇਰ ਕੀਤਾ ਬਹੁਤ ਜ਼ਿਆਦਾ ਤੇ ਉਦੋਂ ਬਾਅਦ ਜਿੰਨੀ ਉਹਨਾਂ ਦੇ ਹਿੱਸੇ ਜ਼ਮੀਨ ਆਉਂਦੀ ਸੀ ਉਹਨਾਂ ਨੇ ਸਾਰੇ ਵਧੀਆ ਵਧੀਆ ਜਿੱਥੋਂ ਜਾਣਾ ਬੂਟੇ ਲਿਆ ਕੇ ਲਾਉਣੇ ਸ਼ੁਰੂ ਕਰਤੇ ਤੇ ਅਸੀਂ ਛੋਟੇ ਹੁੰਦੇ ਉਹਨਾਂ ਨੂੰ ਦੇਖਦੇ ਸੀ ਜਾਂ ਉਹ ਸਾਨੂੰ ਉਹਨਾਂ ਨੇ ਨਾਲ ਲਾ ਲੈਣਾ ਵੀ ਪਾਣੀ ਪਾਓ ਜਾਂ ਐਂ ਬੂਟੇ ਕਰੋ ਉਹ ਸਾਨੂੰ ਵੀ ਉਹਨਾਂ ਚੀਜ਼ਾਂ ਨਾਲ ਪ੍ਰੇਮ ਪੈ ਗਿਆ ਤੇ ਫਿਰ ਉਹ ਸ਼ੌਕ ਅਸੀਂ ਅੱਗੇ ਵਧਾਇਆ। ਮਤਲਬ ਇਹ ਸਾਰੇ ਬੂਟੇ ਜ਼ਿਆਦਾਤਰ ਬਜ਼ੁਰਗਾਂ ਦੇ ਹੀ ਲਾਏ ਵੇ? ਇਹਨਾਂ 'ਚ ਜਿੰਨੇ ਵੱਡੇ ਬੂਟੇ ਦਿਸ ਰਹੇ ਪੁਰਾਣੇ ਸਾਰੇ ਬਜ਼ੁਰਗਾਂ ਦੇ ਹੀ ਲਾਏ ਵੇ ਜੀ ਤੇ ਇਹ ਬਾਕੀ ਵੀ ਜਿਹੜੇ ਹੈਗੇ ਉਹਨਾਂ ਨੇ ਜਿਵੇਂ ਸਲਾਹ ਦਿੱਤੀ ਉਹ ਕੈਨੇਡਾ ਵੀ ਜਾਂਦੇ ਰਹੇ ਉੱਥੋਂ ਵੀ ਉਹਨਾਂ ਨੇ ਇਹ ਕਹਿਣਾ ਕਿ ਆਹ ਫਰੂਟ ਜਿਹੜਾ ਹੁਣ ਪੰਜਾਬ 'ਚ ਹੋਣ ਲੱਗ ਗਿਆ ਤੂੰ ਇਹ ਬੂਟਾ ਲਿਆ ਕੇ ਲਾ ਤੇ ਮੈਂ ਉਹ ਨਵੇਂ ਜਿਹੜੇ ਬਾਹਰਲੇ ਬੂਟੇ ਉਹ ਵੀ ਲਿਆ ਕੇ ਫਿਰ ਲਾਉਣੇ ਸ਼ੁਰੂ ਕਰਤੇ। ਮੇਨ ਮੋਟੀਵੇਸ਼ਨ ਮੇਰੇ ਪਿਤਾ ਜੀ ਆ ਉਹਨਾਂ ਦੀ ਵੱਡੀ ਸੋਚ ਸੀਗੀ ਉਹਨਾਂ ਨੇ ਕੁਦਰਤ ਨਾਲ ਸਾਨੂੰ ਜੋੜਿਆ ਤੇ ਅਸੀਂ ਇੱਧਰ ਦੇ ਪਾਸੇ ਆਏ। ਹਾਂ ਜਿਵੇਂ ਬਾਈ ਹੁਣ ਜਿਹੜਾ ਮੈਂ ਸਵਾਲ ਜਾਂ ਆਪਾਂ ਗੱਲ ਭੂਮਿਕਾ ਦੇ ਵਿੱਚ ਬੋਲੀ ਆ ਵੀ ਦੁਨੀਆ ਦਾ ਹਰ ਇੱਕ ਬੂਟਾ ਜਾਂ ਆਪਾਂ ਕਹਿ ਲਈਏ ਵੀ ਫਲ ਵਾਲਾ ਬੂਟਾ ਇੱਥੇ ਮੌਜੂਦ ਆ, ਜ਼ਿਆਦਾਤਰ ਸਾਰੀ ਮੌਜੂਦ ਆ, ਹਨਾ? ਦੱਸੋਗੇ ਵੀ ਕਿਹੜੇ ਕਿਹੜੇ ਆ ਜਾਂ ਕਿਵੇਂ? ਮੇਰੇ ਕੋਲੇ ਨਾ ਜੀ ਜਿੰਨੇ ਬਾਹਰਲੇ ਬੂਟੇ ਵੀ ਆ ਬਾਹਰਲੇ ਦੇਸ਼ਾਂ ਵਾਲੇ ਵੀ ਤੇ ਆਪਣੇ ਜਿਹੜੇ ਲੋਕਲ ਬੂਟੇ ਆ ਉਹ ਸਾਰੇ ਹੈਗੇ ਆ ਜਿਨ੍ਹਾਂ 'ਚ ਜਿਵੇਂ ਪਰਸੇਮਨ ਫਰੂਟ ਆ, ਜਪਾਨੀ ਫਲ ਆ, ਐਵੋਕੈਡੋ ਆ, ਲੀਚੀ ਆ, ਡਰੈਗਨ ਆ, ਆਪਣੇ ਅੰਬ ਦੀਆਂ ਵਰਾਇਟੀਆਂ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਹੈਗੀਆਂ, ਅਲਫਾਂਸੋ ਆ, ਨੈਮ ਡੋਕ ਮਈ ਆ, ਤਾਈਆਨੋ ਤਮਾਗੋ ਆ, ਉਹ ਸਾਰੀਆਂ ਵਰਾਇਟੀਆਂ ਹੈਗੀਆਂ। ਇਦੋਂ ਬਿਨਾਂ ਜਿਹੜੀਆਂ ਅਮਰੂਦਾਂ ਦੀਆਂ ਜਿਹੜੇ ਹੁਣ ਬਾਹਰਲੇ ਰੈੱਡ ਡਾਇਮੰਡ ਵਰਾਇਟੀ ਆ, 250 ਰੁਪਏ ਕਿਲੋ ਅਮਰੂਦ ਵਿਕਦਾ, ਉਹ ਹੈਗੇ ਆ। ਅਤੇ ਕੋਈ ਵੀ ਮਤਲਬ ਇਹੋ ਜਿਹਾ ਬੂਟਾ ਹੈ ਹੀ ਨਹੀਂ ਗਾ ਜਿਹੜਾ ਮੇਰੇ ਕੋਲ ਨਾ ਹੋਵੇ। ਇੱਥੋਂ ਤਾਂ ਹੀ ਅਸੀਂ ਭਾਵਾਂ ਫੇਲ ਹੋਏ ਕਈ ਚੀਜ਼ਾਂ 'ਚ, ਜਿਵੇਂ ਨਾਰੀਅਲ ਆ, ਨਾਰੀਅਲ ਆਪਣੀ ਸਰਦੀ ਨਹੀਂ ਸਹਿ ਸਕਦਾ, ਬਸ ਅਸੀਂ ਉਹਨੂੰ ਵੀ ਲਾਉਣ ਦੀ ਕੋਸ਼ਿਸ਼ ਕੀਤੀ ਭਾਵਾਂ ਉਹ ਸਫਲ ਨਹੀਂ ਹੋਇਆ, ਕੀਵੀ ਲਾਉਣ ਦੀ ਵੀ ਕੋਸ਼ਿਸ਼ ਕੀਤੀ। ਕੁਛ ਕੁ ਜਿਹੜੇ ਹੈਗੇ ਚੀਜ਼ਾਂ ਵੀ ਟੈਂਪਰੇਚਰ ਕਰਕੇ ਸਾਡੇ ਤੋਂ ਟੈਂਪਰੇਚਰ ਉਹ ਨਹੀਂ ਅਸੀਂ ਮੇਨਟੇਨ ਕਰ ਸਕਦੇ ਵੀ ਤੁਹਾਨੂੰ 10 ਡਿਗਰੀ ਤੋਂ ਘੱਟ ਟੈਂਪਰੇਚਰ ਨਹੀਂ ਹੋਣਾ ਚਾਹੀਦਾ ਜਾਂ 30 ਡਿਗਰੀ ਤੋਂ ਵੱਧ ਨਹੀਂ ਹੋਣਾ ਚਾਹੀਦਾ। ਉਹਨਾਂ 'ਚ ਸਿਰਫ ਅਸੀਂ ਮਤਲਬ ਜਿਹੜਾ ਹੈਗਾ ਮਾਰ ਖਾਧੀ ਆ, ਅਦਰਵਾਈਜ਼ ਜਿਵੇਂ ਤੁਸੀਂ ਮਤਲਬ ਇਹ ਕਹਿ ਸਕਦੇ ਵੀ ਸੇਬ ਕਹਿੰਦੇ ਸੀ ਪੰਜਾਬ 'ਚ ਚੱਲਦਾ ਨਹੀਂ, ਮੇਰੇ ਕੋਲ ਸੇਬ ਦਾ ਮੈਂ 200 ਬੂਟਾ ਲਾਇਆ, ਹੁਣ ਖੇਤ ਬਾਗ ਲਾਇਆ ਵਿਆ, ਉਹ ਜਿਹੜਾ ਹੌਟ ਕਲਾਈਮੇਟ ਸੇਬ ਆ, ਹੌਟ ਕਲਾਈਮੇਟ ਖਰਮਾਨੀ ਲਾਈ ਵੀ ਆ, ਹੌਟ ਕਲਾਈਮੇਟ ਚੈਰੀ ਲਾਈ ਵੀ ਆ, ਅਤੇ ਸਾਰੇ ਕਾਮਯਾਬ ਆ ਮੇਰੇ ਕੋਲ, ਐਵੋਕੈਡੋ ਕਾਮਯਾਬ ਆ, ਹਰ ਚੀਜ਼ ਕਸ਼ਮੀਰ ਦੀ ਨਾਖ ਕਾਮਯਾਬ ਆ, ਅਤੇ ਉਹ ਵਧੀਆ ਬਹੁਤ ਸੋਹਣੀਆਂ ਸਾਰੀਆਂ। ਬੇਰ ਜਿਹੜਾ ਤਾਈਵਾਨ ਦਾ ਮੋਟਾ ਬੇਰ, ਤੁਸੀਂ ਉਹ ਮੁਰਗੀ ਦੇ ਐਗਰ ਗਾ ਵੱਡਾ ਵੱਡਾ ਬੇਰ ਆਉਂਦਾ, ਉਹ ਲਾਏ, ਸਾਰੀਆਂ ਚੀਜ਼ਾਂ ਕਾਮਯਾਬ ਆ ਸਾਡੇ ਉਹ, ਅਤੇ ਬਹੁਤ ਵਧੀਆ। ਇੱਕ ਸਾਡੇ ਜਿਹੜਾ ਬਜ਼ੁਰਗਾਂ ਨੇ ਨਾ ਜੀ ਇਹ ਕੰਮ ਕੀਤਾ ਵੀ ਸਾਡੇ ਨਾਲ ਸੂਆ ਲੰਘਦਾ, ਉਹਨਾਂ ਨੇ ਕੀ ਕਰਨਾ ਵੀ ਜਿੰਨੀ ਸੂਏ ਦੀ ਪੌਣ ਸੀਗੀ ਦਿਹਾੜੀਏ ਲਾ ਕੇ ਪੌਣ ਕਢਾ ਕਢਾ ਕੇ ਖੇਤ 'ਚ ਸਾਰੀ ਪੌਣ ਦੀ ਮਿੱਟੀ, ਮਤਲਬ ਹਰ ਸਾਲ 2-4 ਟਰਾਲੀਆਂ ਜਿੰਨੀਆਂ ਮਿਲਦੀਆਂ ਉਹ ਪੌਣ ਦੀ ਮਿੱਟੀ ਪਾਈ, ਉਹਦੇ ਨਾਲ ਸਾਡੀ ਜ਼ਮੀਨ ਇੰਨੀ ਉਪਜਾਊ ਹੋ ਗਈ, ਠੰਡੀ ਹੋ ਗਈ ਜ਼ਮੀਨ, ਉਹਦੇ ਉੱਪਰ ਰੇਹ ਨੂੰ ਉਹਨੇ ਇੰਨਾ ਖਾਣਾ ਉਸ ਜ਼ਮੀਨ ਨੇ, ਉਹਦੇ ਕਰਕੇ ਇਹਦੇ 'ਚ ਹਰ ਫਸਲ ਹੋ ਜਾਂਦੀ ਆ। ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਰਾਨ ਸੀਗੇ ਵੀ ਤੁਹਾਡੇ ਕੋਟਕਪੂਰੇ 'ਚ ਲੀਚੀਆਂ ਕਿਵੇਂ ਹੋ ਗਈਆਂ, ਹੁੰਦੀਆਂ ਨਹੀਂ ਮਾਲ ਵਿੱਚ, ਸਾਡੇ ਲੀਚੀ ਹੁੰਦੀ ਆ, ਫਲ ਵੀ ਲੱਗਦਾ ਬਹੁਤ ਵਧੀਆ। ਅਤੇ ਹੁਣ ਇੱਥੋਂ ਆਪਾਂ ਜੇ ਇੱਥੋਂ ਥੋੜ੍ਹਾ ਜਿਹਾ ਪਾਸੇ ਦੀ ਗੱਲ ਕਰਦੇ ਹਾਂ, ਤੁਹਾਨੂੰ ਦੇਖ ਕੇ ਹੋਰ ਲੋਕ ਵੀ ਖਾਸ ਕਰਕੇ ਲੀਚੀ ਦੀ ਜੇ ਮੈਂ ਗੱਲ ਕਰਾਂ, ਜਿਵੇਂ ਵੀ ਯੂਨੀਵਰਸਿਟੀ ਵਾਲੇ ਪ੍ਰੋਫੈਸਰ ਕਹਿੰਦੇ ਆ ਵੀ ਕੋਟਕਪੂਰੇ 'ਚ ਲੀਚੀ ਕਿਵੇਂ ਹੋ ਗਈ ਹੈ, ਹੁਣ ਹੋਰ ਵੀ ਇਹ ਨੇੜੇ ਤੇੜੇ ਇਲਾਕੇ? ਮੇਰੇ ਜਿੰਨੇ ਸਾਡੇ ਆਪਦੇ ਘਰ ਆ ਜੀ ਇੱਥੇ ਸਾਡੇ ਪਿੰਡ 'ਚ ਨਾ ਜੀ 25-30 ਘਰ ਆ, ਅਤੇ ਉਹਨਾਂ ਨੇ ਮੇਰੇ ਨੂੰ ਦੇਖ ਕੇ ਮੈਨੂੰ ਉਹਨਾਂ ਨੇ ਲੀਚੀਆਂ ਦੇ ਬੂਟੇ ਮੰਗਾਏ ਲਾਏ, ਉਹਨਾਂ ਦੇ ਵੀ ਲੀਚੀਆਂ ਕਾਮਯਾਬ ਹੋਈਆਂ। ਹੋਰ ਵੀ ਬੂਟੇ ਜਿਹੜੇ ਹੈਗੇ ਆ, ਆਲੂ ਬੁਖਾਰੇ ਦਾ ਬਾਗ ਲਾਇਆ, ਪਹਿਲਾਂ ਅਸੀਂ ਲਾਇਆ, ਫਿਰ ਮੇਰੇ ਚਾਚੇ ਦੇ ਲੜਕੇ ਨੇ ਲਾਇਆ, ਦੇਖਿਆ ਵੀ ਕਾਮਯਾਬ ਆ, ਉਹਨਾਂ ਨੇ ਵੀ ਲਾਇਆ। ਅਤੇ ਸਾਡਾ ਕੋਈ, ਮੈਂ ਇਹ ਆ ਵੀ ਕੋਈ ਪਰਮਾਤਮਾ ਨੇ ਜਿਹੜਾ ਸਾਡੇ ਥਰੂ ਕੰਮ ਕਰਨਾ ਵੀ ਸਾਡੇ ਸਾਰੇ 20-25 ਘਰਾਂ 'ਚ ਸਾਨੂੰ ਦੇਖ ਕੇ ਅੱਧਾ ਅੱਧਾ ਕਿੱਲਾ ਜ਼ਮੀਨ ਹਰੇਕ ਨੇ ਛੱਡ ਲਈ ਘਰੇਲੂ ਬਗੀਚੀ ਵਾਸਤੇ, ਅਤੇ 25-25-30-30 ਬੂਟੇ ਹਰੇਕ ਨੇ ਲਾਏ। ਇੱਦੋਂ ਬਿਨਾਂ ਮੈਂ ਆਪਦੇ ਦੋਸਤਾਂ ਵਾਸਤੇ, ਟੀਚਰ ਦਾ ਜਾਂ ਜਿਹੜੇ ਹੋਰ ਆ ਉਹਨਾਂ ਵਾਸਤੇ ਮੋਟੀਵੇਸ਼ਨ ਬਣਿਆ, ਉਹਨਾਂ ਨੇ ਬੂਟੇ ਲਾਉਣੇ ਸ਼ੁਰੂ ਕੀਤੇ। ਅਤੇ ਸਾਡਾ ਤਾਂ ਇਹੀ ਆ ਵੀ ਇਹਦੇ ਨਾਲ ਕੋਈ ਧਰਤੀ ਹਰੀ ਭਰੀ ਹੋਣ ਲੱਗ ਗਈ, ਲੋਕਾਂ 'ਚ ਸ਼ੌਕ ਜਾਗ ਗਿਆ। ਗਿੱਦੜ ਬਾਏ ਮੇਰੇ ਦੋਸਤ ਆ, ਉਹਨਾਂ ਨੇ, ਅਸੀਂ ਇਕੱਠਿਆਂ ਨੇ, ਜੈਤੋ ਆ, ਇਕੱਠਿਆਂ ਨੇ ਅਮਰੂਦ ਦਾ ਬਾਗ ਲਾਇਆ, ਸੇਬ ਦਾ ਬਾਗ ਲਾਇਆ, ਐਵੋਕੈਡੋ ਦੇ ਬੂਟੇ ਲਾਏ, ਐਂ ਮਤਲਬ ਮੇਲ ਮਿਲਾਪ ਹੋਇਆ ਅਤੇ ਇੱਕ ਸਰਕਲ ਵਧਿਆ। ਉਹ ਸਾਰੇ ਹੀ ਮਤਲਬ ਕੁਦਰਤੀ ਖੇਤੀ ਵੱਲ ਨੂੰ ਅਤੇ ਫਲਾਂ ਦੀ ਖੇਤੀ ਵੱਲ ਨੂੰ ਆਏ ਆ। ਪਰ ਇਹਦੇ ਵਿੱਚ ਤੁਸੀਂ ਕੋਈ ਉਵੇਂ ਟੈਕਨੀਕ ਨਹੀਂ ਅਪਣਾਈ ਵੀ ਜਿਵੇਂ ਆਪਾਂ ਕਹਿ ਦਿੰਦੇ ਫਲਾਨੀ ਟੈਕਨੀਕ? ਨਹੀਂ, ਕੋਈ ਖਾਸ ਨੈਚੁਰਲ ਰੱਖਿਆ ਜੀ। ਕੁਛ ਕੁ ਮੈਂ ਇਹ ਦੱਸਦਾ ਵੀ ਖੇਤੀਬਾੜੀ ਯੂਨੀਵਰਸਿਟੀ ਦੀ ਬਹੁਤ ਘਾਟ ਰਹੀ, ਖਾਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ। ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਸ਼ੌਕ 'ਚੋਂ ਜਾਂ ਜਿਹੜਾ ਹੈਗਾ ਉਤਸ਼ਾਹ 'ਚੋਂ ਉਹਨਾਂ ਤੋਂ ਜਾਣਕਾਰੀ ਲੈਣ ਜਾਣਾ ਵੀ ਤੁਸੀਂ ਸਾਨੂੰ ਜਿਹੜੇ ਹੈਗੇ ਆ ਨਾ ਸਪੈਸ਼ਲਿਸਟ ਕਿਸੇ ਫੀਲਡ ਦੇ, ਜਿਵੇਂ ਮੈਂ ਪਪੀਤੇ ਦੀ ਖੇਤੀ ਕਰਨੀ ਚਾਹੁੰਦਾ ਸੀਗਾ ਵੀ ਪਪੀਤੇ ਦੀ ਖੇਤੀ ਬਹੁਤ ਵਧੀਆ, ਉਹ ਮੈਂ ਆਪ ਮੱਥੇ ਮਾਰ ਕੇ ਕਰ ਰਿਹਾ, ਸਾਨੂੰ ਕੋਈ ਟੈਕਨੀਕਲ ਐਡਵਾਈਸ ਨਹੀਂ ਦਿੱਤੀ। ਮੈਂ ਕਿਹਾ ਵੀ ਮੇਰੇ ਕੋਲ ਅੰਜੀਰ ਲੱਗੀ ਆ, ਮੇਰੇ ਕੋਲ ਹੋਰ ਵਧੀਆ ਫਰੂਟ ਲੱਗਿਆ ਵੀ ਤੁਸੀਂ ਮੈਨੂੰ ਇਹਨਾਂ ਦੀ ਜਾਂ ਔਲਾ ਜਿਹੜਾ ਇਹਦੀ
ਡਰਾਈ ਕਰਨਾ, ਇਹਨੂੰ ਕੈਂਡੀ ਬਣਾਉਣੀ, ਅੰਜੀਰ ਨੂੰ ਡਰਾਈ ਕਰਨਾ, ਵੀ ਮੈਂ 100 ਰੁਪਏ ਕਿਲੋ ਅੰਜੀਰ ਵੇਚ ਰਿਹਾ, ਉਹਦਾ ਕੋਈ ਕਦਰ ਨਹੀਂ ਪੈਂਦੀ, ਵੀ ਜਿਹੜੀ ਡਰਾਈ ਫਰੂਟ ਹੈਗਾ ਅੰਜੀਰ ਦੀ ਕੈਂਡੀ ਆ ਉਹ 1200-1500 ਰੁਪਏ ਕਿਲੋ ਵਿਕਦੀ ਆ, ਪਰ ਉਹਨਾਂ ਨੇ ਸਾਨੂੰ ਕੋਈ ਟੈਕਨੀਕ ਨਹੀਂ ਦੱਸੀ। ਮੈਂ ਇਹਦੇ 'ਚ ਜੂਸ ਬਣਾਉਣ ਵਾਸਤੇ ਸੋਲਣ ਆਪ ਗਿਆ, ਇੱਥੋਂ ਤਾਈਂ ਨੇਪਾਲ ਤਾਈਂ ਮੈਂ ਘੁੰਮਿਆ ਵੀ ਜਿਹੜੇ ਰੀਅਲ ਦਾ ਜਿਹੜਾ ਜੂਸ ਬਣਦਾ ਹੈਗਾ ਉਹ ਕਿਵੇਂ ਬਣੂਗਾ। ਅਲਟੀਮੇਟਲੀ ਉੱਥੇ ਜਾ ਕੇ ਸਾਨੂੰ ਉਹਨਾਂ ਨੇ ਇਹ ਕਹਿਤਾ ਵੀ 5 ਕਰੋੜ ਤੋਂ ਘੱਟ ਦਾ ਤਾਂ ਪ੍ਰੋਜੈਕਟ ਹੀ ਨਹੀਂਗਾ ਜੂਸ ਵਾਲਾ ਜਿਹੜਾ ਰੀਅਲ ਦਾ ਜੂਸ ਬਣਦਾ। ਅਸੀਂ ਖੇਤੀਬਾੜੀ ਯੂਨੀਵਰਸਿਟੀ ਨੂੰ ਕਿਹਾ ਵੀ ਅਸੀਂ ਸਧਾਰਨ ਕਿਸਾਨ ਹਾਂ, ਤੁਸੀਂ ਸਾਨੂੰ ਸਪੋਰਟ ਕਰੋ, ਸਾਨੂੰ ਟੈਕਨੀਕ ਦਿਓ ਵੀ ਜੋ ਕੋਈ 5-7 ਲੱਖ 'ਚ ਕੋਈ ਟੈਕਨੋਲੋਜੀ ਮਿਲਦੀ ਆ, ਅਸੀਂ ਆਪਦੀ ਪ੍ਰੋਸੈਸਿੰਗ ਯੂਨਿਟ ਲਾਉਣਾ ਚਾਹੁੰਦੇ ਹਾਂ, ਜੂਸ ਬਣਾਉਣਾ ਚਾਹੁੰਦੇ ਹਾਂ, ਡਰਾਈ ਕੈਂਡੀਆਂ ਬਣਾਉਣੀਆਂ ਚਾਹੁੰਦੇ ਹਾਂ, ਅਤੇ ਉਹਦੀ ਸੇਲ ਬਹੁਤ ਦੂਰ ਤਾਈਂ ਅਸੀਂ ਕਰ ਸਕਦੇ ਹਾਂ। ਪਰ ਕਿਸੇ ਸਾਨੂੰ ਮਾਰ ਨੇ ਕੋਈ ਹੌਂਸਲਾ ਨਹੀਂ ਦਿੱਤਾ, ਕੋਈ ਸਪੋਰਟ ਨਹੀਂ ਦਿੱਤੀ, ਸਿਰਫ ਉਹਨਾਂ ਦੀਆਂ ਕਾਗਜ਼ੀ ਗੱਲਾਂ ਹੁੰਦੀਆਂ। ਮੈਂ ਖੇਦ ਨਾਲ ਕਹਿੰਦਾ ਕਿ ਖੇਤੀਬਾੜੀ ਯੂਨੀਵਰਸਿਟੀ ਨੇ ਕੋਈ ਸਪੋਰਟ ਨਹੀਂ ਕੀਤੀ ਸਾਡੀ। ਤਾਂ ਜਿਵੇਂ ਹੁਣ ਜਿਵੇਂ ਨਵੀਂ ਸਰਕਾਰ ਆਈ ਹੈ, ਖਾਸ ਕਰਕੇ ਜੇ ਆਪਾਂ ਮੁੱਖ ਮੰਤਰੀ ਦੀ ਗੱਲ ਕਰਦੇ ਹਾਂ, ਉਹ ਵੀ ਕਹਿੰਦੇ ਵੀ ਅਸੀਂ ਨਵੇਂ ਜਿਹੜੇ ਇਹ ਕਿੱਤੇ ਨੇ ਜਾਂ ਇਸ ਚੀਜ਼ ਨੂੰ ਲੈ ਕੇ ਯੂਨੀਵਰਸਿਟੀ ਦੇ ਵਿੱਚ ਵੀ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਹੋਏ ਨੇ, ਵੀ ਅਸੀਂ ਉਹਨਾਂ ਨੂੰ ਉਸ ਹਿਸਾਬ ਨਾਲ ਤੁਸੀਂ ਸਰਕਾਰ ਦੇ ਕਿਸੇ ਬੰਦੇ ਨਾਲ ਸੰਪਰਕ ਨਹੀਂ ਕੀਤਾ ਵੀ ਇੱਧਰ ਸਾਨੂੰ ਸਪੋਰਟ ਕਰੋ? ਕੁਲਤਾਰ ਸਿੰਘ ਸੰਧਵਾਂ ਤਾਂ ਤੁਹਾਡੇ ਲੋਕਲ ਹੀ ਨੇ, ਸਾਡੇ ਲੋਕਲ ਆਉਂਦੇ ਵੀ ਰਹਿੰਦੇ ਆ ਜੀ ਜੀ ਜੀ, ਤੇ ਅਸੀਂ ਨਹੀਂ ਉਹਨਾਂ ਨਾਲ ਖੈਰ ਸੰਪਰਕ ਕੀਤਾ, ਸਾਨੂੰ ਐਗਰੀਕਲਚਰ ਅਫਸਰ ਹੀ ਜਿਹੜੇ ਹੈਗੇ ਆ ਉਹ ਕਹਿੰਦੇ ਰਹੇ ਹੈਗੇ ਆ ਵੀ ਅਸੀਂ ਤੁਹਾਡਾ ਕੁਛ ਕਰਾਂਗੇ ਜਾਂ ਸਰਕਾਰ ਨਾਲ। ਸਰਕਾਰ ਨਾਲ 1-2 ਵਾਰੀ ਅਸੀਂ ਕੁਲਤਾਰ ਸਿੰਘ ਸੰਧਵਾਂ ਨੂੰ ਇਸ ਮੁੱਦੇ 'ਤੇ ਮਿਲੇ ਹਾਂ, ਗੱਲ ਕੀਤੀ ਆ, ਪਰ ਮੈਂ ਨਾ ਇਹ ਦੇਖਦਾ ਹੈਗਾ, ਮੈਂ ਖੈਰ ਉਹ ਮੇਰਾ ਕਮੈਂਟ ਕਰਨਾ ਬਣਦਾ ਨਹੀਂ, ਪਰ ਪੋਲੀਟੀਕਲੀ ਇਹ ਸਿਰਫ ਸ਼ੋਸ਼ੇ ਆ। ਨਾ ਤਾਂ ਸਾਨੂੰ ਕਣਕ ਦਾ ਜਿਹੜਾ ਪਿਛਲੇ ਵਾਰੀ ਦਾ ਉਹਨਾਂ ਨੇ ਕਿਹਾ ਸੀਗਾ ਵੀ ਬੋਨਸ ਦਿਆਂਗੇ ਉਹ ਦਿੱਤਾ, ਮੂੰਗੀ ਮੇਰੇ ਕੋਲ ਪਿਓਰ ਔਰਗੈਨਿਕ ਮੂੰਗੀ ਲਾਈ ਵੀ ਸੀਗੀ 2 ਕਿੱਲੇ, ਮੂੰਗੀ ਜਿਹੜੀ ਆ ਮੈਂ ਆਪ ਵੇਚੀ ਆ, ਕੋਈ ਮੈਨੂੰ ਮੂੰਗੀ ਦਾ ਨਿਰਧਾਰਤ ਮੁੱਲ ਨਹੀਂ ਮਿਲਿਆ, ਕੋਈ ਸਾਨੂੰ ਮੱਕੀ ਦਾ ਨਿਰਧਾਰਤ ਮੁੱਲ ਨਹੀਂ ਮਿਲ ਰਿਹਾ। ਸਰਕਾਰ ਸਿਰਫ ਸੁਰਖੀਆਂ 'ਚ ਆਉਣ ਵਾਸਤੇ ਡਰਾਮੇਬਾਜ਼ੀ ਕਰ ਰਹੀ ਆ, ਕੋਈ ਸਾਥ ਨਹੀਂ ਦੇ ਰਹੀ। ਅਤੇ ਹੁਣ ਜਿਹੜਾ ਆਪਾਂ ਚਲੋ ਇਹ ਗੱਲ 'ਤੇ ਆ ਜਾਂਦੇ ਹਾਂ ਵੀ ਜਿਹੜਾ ਤੁਸੀਂ ਇਹ ਫਲਦਾਰ ਬੂਟੇ ਲਾਉਣੇ ਜਾਏ, ਇਹਦਾ ਫਿਰ ਤੁਸੀਂ ਬਾਈ ਘਰ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਕਿ ਬਾਹਰ ਤੁਸੀਂ ਵੇਚ ਵੀ ਰਹੇ ਹੋ? ਮੇਰੇ ਨਾ ਹੀ ਮਾਰਕੀਟ 'ਚ ਜਾਂਦੇ ਆ, ਮਾਰਕੀਟ 'ਚ ਮੇਰਾ ਜਿਹੜਾ ਫਰੂਟ ਹੈਗਾ ਖੜਦਾ ਨਹੀਂ ਗਾ ਲੋਕ, ਕਿਉਂਕਿ ਮੈਂ ਕੋਈ ਜਿਹੜਾ ਅੰਬਾ ਚੀਕੂ ਆ ਮਸਾਲੇ ਨਾਲ ਪੱਕਦਾ, ਮੈਂ ਅੱਜ ਤਾਈਂ ਮਸਾਲਾ ਨਹੀਂ ਲਾਇਆ ਕਿਸੇ ਫਲ ਨੂੰ ਕਿਹਾ। ਠੀਕ ਹੈ, ਮੈਂ ਕਹਿੰਦਾ ਵੀ ਕੱਚਾ ਚਾਹੀਦਾ ਤੁਸੀਂ ਕੱਚਾ ਦੱਸੋ, ਮਾਰਕੀਟ 'ਚ ਕੱਚਾ ਭੇਜ ਦਿਆਂਗੇ, ਪੱਕਾ ਚਾਹੀਦਾ ਪੱਕਾ ਔਰਗੈਨਿਕ ਤਰੀਕੇ ਨਾਲ ਮੈਂ ਪਕਾਉਣਾ, ਅਤੇ ਮੈਨੂੰ ਵਿਕਰੀ ਦੀ ਕਦੇ ਕੋਈ ਪ੍ਰੋਬਲਮ ਨਹੀਂ ਆਈ। ਇੱਥੋਂ ਤਾਈਂ ਜਿਹੜੇ ਸ਼ਹਿਰ ਦੇ ਬੰਦੇ ਹੈਗੇ ਆ ਉਹ ਜਦੋਂ ਮੇਰਾ ਫਰੂਟ ਚੱਲ ਪੈਂਦਾ ਮੇਰੇ ਕੋਲੋਂ ਉਹ ਸਪੈਸ਼ਲ ਘਰੋਂ ਆ ਕੇ ਬੁਕਿੰਗ ਕਰਾਉਂਦੇ ਆ ਵੀ ਤੁਸੀਂ ਜਿਹੜਾ ਵੀ ਚੀਜ਼ ਹੈਗੀ ਆ ਮੈਨੂੰ ਸਾਨੂੰ ਔਰਗੈਨਿਕ ਦਿਓ, ਲੈਂਦੇ ਆ ਕਾਫ਼ੀ। ਮਤਲਬ ਰੇਟ ਦੀ ਜ਼ਰੂਰ ਪ੍ਰੋਬਲਮ ਆ ਵੀ ਜਿਵੇਂ ਖਰਚਾ ਵੱਧ ਆਉਂਦਾ ਔਰਗੈਨਿਕ 'ਤੇ, ਰੇਟ ਨਹੀਂ ਉਨਾ ਲੋਕ ਭਰਦੇ, ਪਰ ਲੋਕਾਂ 'ਚ ਕਰੇਜ਼ ਆ ਮਾਰਕੀਟਿੰਗ ਦੀ, ਸਾਨੂੰ ਕੋਈ ਪ੍ਰੋਬਲਮ ਨਹੀਂ। ਮੇਰੇ ਕੋਲ ਸਾਰਾ ਔਰਗੈਨਿਕ ਹਲਦੀ ਆ, ਸ਼ਹਿਦ ਹੈਗਾ, ਆਪਣੇ ਫਰੂਟ ਆ, ਅੰਬਾ, ਅਮਰੂਦ ਆ, ਸਾਰਾ ਕੁਛ ਘਰੋਂ ਵਿਕਦਾ, ਬਹੁਤ ਵਧੀਆ। ਮਤਲਬ ਹੁਣ ਆਪਾਂ 1-2 ਤੁਹਾਨੂੰ ਤੁਸੀਂ ਬੂਟੇ ਉਹੋ ਜਿਹੇ, ਹਾਲਾਂਕਿ ਤਸਵੀਰਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲੋਕ ਦੇਖ ਰਹੇ ਹੋਣਗੇ, ਮਤਲਬ ਉਹੋ ਜਿਹੀਆਂ ਚੀਜ਼ਾਂ ਦਿਖਾ ਸਕਦੇ ਹੋ ਜਿਹੜੀਆਂ ਕਹਿੰਦੇ ਸੀ ਵੀ ਇੱਥੇ ਤਾਂ ਪੋਸੀਬਲ ਹੀ ਨਹੀਂ, ਹਾਂਜੀ, ਪਰ ਹੋ ਗਈਆਂ। ਆਪਾਂ ਮੈਂ ਚਾਹੂੰਗਾ ਵੀ ਆਪਾਂ ਉਹ ਵੀ ਦੇਖੀਏ। ਇਹ ਤੁਸੀਂ ਦੇਖੋ ਜੀ, ਇਹ ਪਿੱਛੇ ਜਿਹੜਾ ਤੁਹਾਡੇ ਅੰਬ ਦੇ ਸਰਿਆ ਹੈਗਾ, ਇਹ ਅਲਫਾਂਸੋ ਅੰਬ ਆ ਜੀ। ਜੀ, ਇਹ ਵਾਲਾ, ਹਾਂਜੀ, ਇਹ ਇੰਡੀਆ ਦੇ ਸਭ ਤੋਂ ਮਹਿੰਗੇ ਅੰਬਾਂ 'ਚ ਆਉਂਦਾ ਵੀ ਇਹ 1500-1800 ਰੁਪਏ ਕਿਲੋ ਅੰਬ ਆ। ਤੁਸੀਂ ਦੇਖੋ ਵੀ ਕੋਈ ਮੰਨਦਾ ਨਹੀਂ ਸੀ ਵੀ ਕੋਟਕਪੂਰੇ 'ਚ ਅਲਫਾਂਸੋ ਅੰਬ ਹੋ ਸਕਦੇ ਆ, ਇਹ ਜੁਲਾਈ ਮਹੀਨੇ 'ਚ ਅੰਬ ਪੱਕਦਾ ਜੀ, ਤੇ ਇਹਨੂੰ ਉੱਪਰ ਇਹਦੇ ਕੈਪ ਕਰਨਾ ਪੈਂਦਾ ਹੈਗਾ, ਉਹ ਜਿਹੜਾ ਆਪਾਂ ਚੜਾਉਂਦੇ ਆ ਨਾ ਜੀ ਕਾਗਜ਼, ਦੇਖ ਰਹੇ ਹਾਂ ਅਸੀਂ ਵੀ, ਹਾਂ ਅੱਛਾ, ਉਹ ਇਹਦੇ ਚੜਾਉਣਾ ਪੈਂਦਾ, ਤੇ ਇਹਨੂੰ ਤੁਸੀਂ ਐਮਾਜ਼ੋਨ ਤੇ ਅਕਾਊਂਟ ਬਣਾਓ ਤੇ ਤੁਹਾਡੇ ਤੋਂ ਇਹਦੀ ਸਪਲਾਈ ਪੂਰੀ ਨਹੀਂ ਹੁੰਦੀ ਗੀ, ਐਮਾਜ਼ੋਨ ਰਾਹੀਂ ਸੇਲ ਕਰੀ ਚੱਲੋ ਜੇ ਲੋਕਲ, ਤੁਹਾਡੇ ਘੱਟ ਸੇਲ ਹੁੰਦਾ, ਪਰ ਬਹੁਤ ਵਧੀਆ। ਮੇਰੇ ਹੁਣ ਜਿਹੜੇ ਦੋਸਤ ਆ ਜਾਂ ਆਸੇ ਪਾਸੇ ਦੇ ਗਾਹਕ, ਉਹ ਕਹਿੰਦੇ ਸਾਨੂੰ ਅਲਫਾਂਸੋ ਅੰਬ ਖਵਾਓ, ਮੈਂ ਉਹਨਾਂ ਨੂੰ ਇਹ ਕਹਿੰਦਾ ਵੀ ਭਾਈ 1500 ਰੁਪਏ ਕੀਮਤ ਆ, ਤੁਸੀਂ 1500 ਰੁਪਏ ਨਹੀਂ ਤਾਂ ਘੱਟੋ ਘੱਟ 500 ਰੁਪਏ ਤਾਂ ਇਹਦਾ ਭਰੋ, ਵੀ ਘੱਟੋ ਘੱਟ ਸਾਨੂੰ ਇਹ ਹੋਵੇ ਵੀ ਸਾਡੀ ਚੀਜ਼ ਦੀ ਰਿਸਪੈਕਟ ਤਾਂ ਕੋਈ ਬਣ ਰਹੀ ਹੈ। ਅਸੀਂ ਮੇਰੇ ਕੋਲ ਬਾਕੀ ਤੁਹਾਡੀ ਮਿਹਨਤ ਵੀ ਹੈ, ਮਿਹਨਤ ਵੀ ਆ, ਮਿਹਨਤ ਵੀ ਆ। ਐਵੋਕੈਡੋ ਦੇ ਹਜੇ ਬੂਟੇ ਛੋਟੇ ਆ ਜੀ, ਐਵੋਕੈਡੋ ਲਾਇਆ ਹੋਇਆ ਉਹ ਵੀ 1200-1300 ਰੁਪਏ ਕਿਲੋ ਐਵੋਕੈਡੋ ਆ। ਅਸੀਂ ਇੱਕ ਅੰਬ ਆਉਣ ਛੋਟਾ, ਮੈਨੂੰ ਸ਼ੌਕ ਆ, ਮੇਰੇ ਦੋਸਤ ਆ ਜਲੰਧਰ, ਉਹਨਾਂ ਨੇ ਜਾਪਾਨ ਤੋਂ ਅੰਬ ਇੰਪੋਰਟ ਕਰਵਾਏ ਸੀਗੇ, ਅਤੇ ਉਹਨਾਂ ਦੀ ਫਿਰ ਗ੍ਰਾਫਟਿੰਗ ਹੋਈ, ਅਤੇ ਉਹ ਤਾਈਆਨੋ ਤਮਾਗੋ ਜਾਂ ਮੀਆਂ ਜਾਕੀ ਅੰਬ ਕਹਿੰਦੇ ਉਹਨਾਂ ਨੂੰ, ਜਾਪਾਨ ਦਾ ਸ਼ਹਿਰ ਆ ਮੀਆਂ ਜਾਕੀ, ਉੱਥੋਂ ਉਹ ਮਤਲਬ ਪੈਦਾ ਹੋਇਆ ਅੰਬ, ਅਤੇ ਉਹ 2019 'ਚ ਇੰਟਰਨੈਸ਼ਨਲ ਲੈਵਲ 'ਤੇ ਉਹ ਅੰਬ 2-2.5 ਲੱਖ ਰੁਪਏ ਕਿਲੋ ਵਿਕਿਆ, ਉਹਦੇ ਅਸੀਂ ਬੂਟੇ ਲਿਆ ਕੇ ਲਾਏ ਆ, ਅਤੇ ਆਪਦੇ ਸ਼ੌਕ ਨੂੰ ਇੱਥੇ ਲਾਏ ਹੋਏ ਨੇ। ਹਾਂਜੀ, ਤੁਹਾਨੂੰ ਛੋਟੇ ਬੂਟੇ, ਚਲੋ ਛੋਟੇ ਆ, ਅਸੀਂ ਇਹ ਤਾਂ ਦੇਖੀਏ ਨਾ ਵੀ 2.5 ਲੱਖ ਰੁਪਏ ਜਿਹੜਾ ਅੰਬ ਵਿਕਦਾ ਗਾ, ਹਾਂਜੀ, ਵੀ ਬੂਟਾ ਕਿਹੋ ਜਿਹਾ ਜਾਂ ਕਿਵੇਂ ਆ, ਹੈ ਨਾ। ਇਹ ਬਦਾਮ ਆ ਜੀ, ਇਹ ਤੁਸੀਂ ਦੇਖੋ ਇਹਨਾਂ ਦੇ, ਤੁਸੀਂ ਨਾ ਜਿਹੜੀਆਂ ਹੈਗੀਆਂ ਦੇਖ ਰਹੇ ਹਾਂ, ਤੁਸੀਂ ਇਹਨਾਂ ਦੀਆਂ ਪਿਕਚਰਸ ਵੀ ਜਿਹੜੀਆਂ ਸ਼ਾਰਟਸ ਆ ਉਹ ਵੀ ਦਰਸ਼ਕਾਂ ਨੂੰ ਦਿਖਾਇਆ ਜੀ, ਤੇ ਇਹ ਬਦਾਮ ਆ, ਬਦਾਮ ਲੱਗੇ ਹੋਏ ਆ, ਐਂ ਅਖਰੋਟ ਦਾ ਬੂਟਾ ਵੀ ਲੱਗਾ, ਅਖਰੋਟ ਵੀ ਲੱਗਦੇ ਆ। ਇਹ ਸੀਤਾ ਫਲ ਕਾਫੀ ਚਰਚਾ ਚ ਰਿਹਾ ਜੀ, ਇਹ ਸੀਤਾ ਫਲ
ਟੈਂਪਰੇਚਰ ਬੂਟੇ ਗਰਮ ਸਰਦ ਹੋ ਰਹੇ ਆ ਵੀ ਰਾਤਾਂ ਠੰਡੀਆਂ ਤੇ ਦਿਨ ਗਰਮ ਆ ਇਹ ਹਿਮਸਾਗਰ ਅੰਬ ਆ ਜੀ ਤੁਸੀਂ ਦੇਖੋ ਛੋਟਾ ਜਿਹਾ ਬੂਟਾ ਇਹ ਚਾਰ ਕੁ ਸਾਲ ਦਾ ਤੇ ਐਵੇਂ ਭਰਿਆ ਪਿਆ ਜਦੋਂ ਕਿ ਐਤਕੀ ਹਨੇਰੀਆਂ ਨੇ ਬਹੁਤ ਨੁਕਸਾਨ ਕੀਤੇ ਆ ਇਹ ਆਪਣੀ ਇੰਡੀਆ ਦੀ ਵੈਰਾਇਟੀ ਆ ਇੰਡੀਆ ਦੀ ਵੈਰਾਇਟੀ ਆ ਜੀ ਇਹ ਜਿਹੜਾ ਲੰਗੜੇ ਅੰਬ ਤੋਂ ਤਿਆਰ ਕੀਤਾ ਇਹ ਗਾਂ ਉਹਨਾਂ ਨੇ ਹਿਮਸਾਗਰ ਆ ਇਹ ਜਿਹੜੇ ਤੁਸੀਂ ਕਹਿੰਦੇ ਇਹ ਦੇਖੋ ਇਹ ਬੂਟੇ ਲਾਏ ਹੋਏ ਆ ਇਹ ਹਜੇ ਐਤਕੀ ਲਾਏ ਆ ਬੂਟੇ ਜੀ ਇਹ ਵਾਲੇ ਹਾਂਜੀ ਇਹ ਮੀਆਂ ਜਾਕੀ ਜਾਂ ਤਾਈ ਆਨੋ ਤਮਾਗੋ ਇਹਨੂੰ ਅੰਬ ਕਹਿੰਦੇ ਆ ਮਤਲਬ ਵੀ ਜਿਹੜਾ ਇਹ ਬੂਟਾ ਗਾ ਇਹ ਤੁਸੀਂ ਕਹਿਣੋ ਵੀ ਅੰਬ ਇਹ 2.5 ਲੱਖ ਰੁਪਏ ਕਿਲੋ ਆ ਇਹਦਾ ਲਾਲ ਰੰਗ ਦਾ ਅੰਬ ਹੁੰਦਾ ਜੀ ਉੱਪਰੋਂ ਲਾਲ ਰੰਗ ਦਾ ਤੇ ਵਿੱਚੋਂ ਕੇਸਰੀ ਸੰਤਰੀ ਰੰਗ ਦਾ ਨਿਕਲਦਾ ਗੁੱਦਾ ਤੇ ਇਹਨੂੰ ਸਨ ਆਫ ਐਗ ਕਿਹਾ ਜਾਂਦਾ ਐਗ ਆਫ ਸਨ ਕਿਹਾ ਸਨ ਦਾ ਸੂਰਜ ਦਾ ਅੰਡਾ ਕਿਹਾ ਜਾਂਦਾ ਉਹ ਅੰਬ ਆ ਜੀ ਇਹ ਕੁਛ ਕੁ ਯੂਟਿਊਬ ਨੇ ਜਾਂ ਹੋਰ ਚੀਜ਼ਾਂ ਨੇ ਸਾਡੀ ਇਸ ਗੱਲੋਂ ਸਹਾਈ ਹੋਈਆਂ ਜਦੋਂ ਅਸੀਂ ਉੱਥੋਂ ਜਾਣਕਾਰੀ ਮਿਲੀ ਤੇ ਫਿਰ ਅਸੀਂ ਕਿਹਾ ਵੀ ਅਸੀਂ ਬੂਟੇ ਜਿਹੜੇ ਹੈਗੇ ਆ ਇਹਨਾਂ ਚੀਜ਼ਾਂ ਦੇ ਲਿਆਈਏ ਕਿਤੋਂ ਨਾ ਕਿਤੋਂ ਲੋੜ ਕੱਢਦੀ ਮਾਂ ਬੂਟੇ ਮਿਲ ਜਾਂਦੇ ਆ ਉਹ ਮੇਰੇ ਦੋਸਤਾਂ ਨੇ ਇੰਪੋਰਟ ਕਰਾਏ ਉਹਨਾਂ ਤੋਂ ਸਾਨੂੰ ਬੂਟੇ ਮਿਲ ਗਏ ਐਵੇਂ ਇਹ ਤੁਸੀਂ ਪਿੱਛੇ ਦੇਖ ਰਹੇ ਆ ਇਹ ਅੰਜੀਰਾਂ ਦੇ ਜਿਹਨਾਂ ਦਾ ਤੁਹਾਨੂੰ ਮੈਂ ਜ਼ਿਕਰ ਕੀਤਾ ਅੰਜੀਰਾਂ ਦਾ ਮੈਂ ਬਾਗ ਵੀ ਲਾ ਰਿਹਾ ਆਹ ਦੇਖੋ ਅੰਜੀਰਾਂ ਬੇਸ਼ੁਮਾਰ ਲੱਗੀਆਂ ਅੰਜੀਰ ਦੇ ਇਹ ਵੀ ਇਹ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਅੰਜੀਰ ਆ ਅੰਜੀਰ ਦੀ ਵੀ ਤੁਸੀਂ ਮਾਰਕੀਟਿੰਗ ਪ੍ਰੋਪਰ ਕਰ ਰਹੇ ਹਾਂਜੀ ਅੰਜੀਰ ਦੀ ਬਹੁਤ ਡਿਮਾਂਡ ਆ ਹਜੇ ਸਾਡੇ ਕੋਲੇ ਬੂਟੇ ਥੋੜੇ ਆ ਅੰਜੀਰ ਦੀ ਬਹੁਤ ਡਿਮਾਂਡ ਆ ਇਹਦੀ ਮਾਰਕੀਟਿੰਗ ਕਰਦੇ ਆ ਗਾਂਹ ਤੋਂ ਹੁਣ ਇਹਦਾ ਮੈਂ ਅੰਜੀਰ ਦਾ 100 ਕੁ ਬੂਟਾ ਲਾ ਰਿਹਾ ਹੈਗਾ ਜਿੰਨੀ ਕੁ ਮੈਂ ਮਤਲਬ ਆਪ ਵੇਚ ਸਕਦਾ ਪਰ ਮੈਨੂੰ ਐਂ ਆ ਜੀ ਦੇਖੋ ਜਿਹੜਾ ਫਲ ਹੁੰਦਾ ਮੰਨ ਲਓ ਆਲੂ ਬੁਖਾਰਾ ਆਲੂ ਬੁਖਾਰੇ ਦਾ ਪੱਕਣ ਦਾ ਪੀਰੀਅਡ 16 ਦਿਨਾਂ ਦਾ 15-16 ਦਿਨਾਂ ਦਾ ਜਦੋਂ ਆਲੂ ਬੁਖਾਰਾ ਪੱਕਣਾ ਸ਼ੁਰੂ ਹੋ ਗਿਆ ਜੇ 15-16 ਦਿਨਾਂ 'ਚ ਤੋੜ ਕੇ ਮੰਡੀ ਤੁਸੀਂ ਭੇਜਤਾ ਨਹੀਂ ਉਹਨੇ ਥੱਲੇ ਡਿੱਗ ਕੇ ਗਲ ਜਾਣਾ ਇਹੀ ਪ੍ਰੋਬਲਮ ਆ ਅੰਜੀਰ ਦੀ ਆ ਵੀ ਜਿੰਨੀ ਕੁ ਜੇ ਅਸੀਂ ਬਾਹਲੇ ਬੂਟੇ ਲਾਉਣੇ ਮੰਨ ਲਓ ਕਿੱਲਾ ਲਾਤਾ ਉਹ ਸਾਡੀ ਨਾਲ ਦੀ ਨਾਲ ਸੇਲ ਨਹੀਂ ਹੁੰਦੀ ਉਹ ਖਰਾਬ ਹੋ ਜਾਣੀ ਆ ਜੇ ਸਾਨੂੰ ਇਹਦੇ 'ਚ ਪ੍ਰੋਸੈਸਿੰਗ ਹੋਊਗੀ ਉਹਦਾ ਕੋਈ ਜੂਸ ਬਣੂਗਾ ਕੋਈ ਉਹਦੀ ਕੈਂਡੀ ਬਣੂਗੀ ਫਿਰ ਉਹਦੇ 'ਚ ਸਾਨੂੰ ਜ਼ਿਆਦਾ ਬੈਨੀਫਿਟ ਹੈਗਾ ਉਹ ਜਿਹੜਾ ਟੈਕਨੀਕਲ ਐਡਵਾਈਸ ਯੂਨੀਵਰਸਿਟੀਆਂ ਨੇ ਜਾਂ ਖੇਤੀ ਮਾਹਰਾਂ ਦੇਣੀ ਆ ਇਹ ਉਹਨਾਂ ਦੀ ਕਮੀ ਆ ਉੱਥੇ ਘਾਟ ਆ ਉੱਥੇ ਘਾਟ ਆ ਜੀ ਦੇਖੋ ਸਾਡੇ ਠੀਕ ਆ ਬੰਦੇ ਪੜ੍ਹੇ ਲਿਖੇ ਆ ਪਰ ਉਹ ਦਫ਼ਤਰੀ ਕੰਮ ਕਰ ਰਹੇ ਆ ਉਹ ਬਹਿ ਕੇ ਰਿਸਰਚਾਂ ਕਰ ਰਹੇ ਹੈਗੇ ਆ ਤੇ ਜਿੰਨਾ ਚਿਰ ਖੇਤੀ ਮਾਹਰ ਖੇਤ 'ਚ ਨਹੀਂ ਆਉਂਦੇਗੇ ਉਹਨਾਂ ਚਿਰ ਉਹਨਾਂ ਦਾ ਕੋਈ ਹਰਿਆਣੇ 'ਚੋਂ ਮੈਨੂੰ ਬਹੁਤ ਸਪੋਰਟ ਮਿਲੀ ਹਰਿਆਣਾ ਯੂਨੀਵਰਸਿਟੀ 'ਚੋਂ ਹਿਮਾਚਲ 'ਚੋਂ ਮੈਂ ਬਿਲਾਸਪੁਰ ਤੋਂ ਲਿਆਉਂਦੇ ਹੈਗੇ ਆ ਸੇਬ ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕਰਦੇ ਹੈਗੇ ਆ ਉੱਥੋਂ ਦੇ ਡਾਕਟਰ ਦਾ ਜਿਹੜੇ ਸਾਡੇ ਲੋਕਲ ਕੁਛ ਨਹੀਂ ਕਰ ਰਹੇ ਹੈਗੇ ਉਹ ਤਾਂ ਸਾਨੂੰ ਬਸ ਖੁਸ਼ ਹੋ ਜਾਂਦੇ ਆ ਦੇਖ ਕੇ ਵੀ ਤੁਸੀਂ ਇੰਨੇ ਇੰਨੇ ਵਧੀਆ ਬੂਟੇ ਆਪਦੇ ਘਰ ਲਾਏ ਆ ਅੱਜ ਤਾਈਂ 20 ਸਾਲ ਮੈਨੂੰ ਯੂਨੀਵਰਸਿਟੀ ਜਾਂਦੇ ਨੂੰ ਹੋ ਗਏ ਆ ਸ਼ਹਿਦ ਦੀਆਂ ਮੱਖੀਆਂ ਵੀ ਮੈਂ ਉੱਥੋਂ ਰੱਖੀਆਂ ਸੀ ਤੇ ਦੂਜੇ ਵੀ ਬਾਗਬਾਨੀ ਦੀ ਵੀ ਉੱਥੋਂ ਟ੍ਰੇਨਿੰਗ ਲਈ ਅੱਜ ਤਾਈਂ ਖੇਤੀਬਾੜੀ ਯੂਨੀਵਰਸਿਟੀ ਦੇ ਕਿਸੇ ਡਾਕਟਰ ਨੇ ਮੇਰੇ ਫਾਰਮ 'ਚ ਆ ਕੇ ਨਹੀਂ ਦੇਖਿਆ ਜੀ ਇੱਕ ਮੈਂ ਹੋਰ ਦੱਸਣਾ ਚਾਹੁੰਦਾ ਬਾਈ ਹਨਾ ਤੁਹਾਨੂੰ ਪੁੱਛਣਾ ਵੀ ਚਾਹੁੰਦਾ ਤੇ ਆਪਾਂ ਲੋਕਾਂ ਨੂੰ ਵੀ ਦੱਸ ਦਈਏ ਜਿਵੇਂ ਤੁਸੀਂ ਆਹ ਬੂਟੇ ਬਾਰੇ ਕਹਿ ਰਹੇ ਹੋ ਵੀ ਜਦੋਂ ਨੂੰ ਇਹ ਵੱਡਾ ਹੋਣਾ ਗਾ ਫਲ ਦੇਣ ਲੱਗਣਾ 3 ਸਾਲਾਂ ਨੂੰ ਨਹੀਂ ਅੱਜ ਤੋਂ 2 ਸਾਲ ਦੇ ਬੂਟੇ ਨੂੰ ਇਹਨੂੰ ਪਹਿਲਾ ਫਲ ਆਊਗਾ ਤੇ 2.5 ਲੱਖ ਰੁਪਏ ਕਿਲੋ ਐਤਕੀ ਇਹਨਾਂ ਨੂੰ ਬੂਰ ਆਇਆ ਸੀਗਾ ਪਹਿਲੇ ਸਾਲ ਹੀ ਉਹ ਬੂਰ ਅਸੀਂ ਕੱਟਤਾ ਤਾਂ ਕਿ ਬੂਟੇ ਕਮਜ਼ੋਰ ਨਾ ਹੋਣ 3 ਸਾਲ ਦੇ ਬੂਟੇ ਨੂੰ ਤੁਹਾਡਾ ਮੰਡੀ 'ਚ ਭੇਜਣ ਜੋਗਾ ਜਾਂ ਘਰੇ ਖਾਣ ਜੋਗਾ ਵੜੀਆ 100-150 ਫਲ ਆਊਗਾ 3 ਸਾਲ ਦੇ ਹਾਂ ਮੇਰਾ ਹੁਣ ਪ੍ਰਸ਼ਨ ਬਾਈ ਇਹ ਸੀ ਜਿਵੇਂ ਹੋਰ ਜਿਵੇਂ ਇਹ ਖਾਸ ਕਰਕੇ ਜਦੋਂ ਆਪਾਂ ਹੁਣ ਇਹ ਸੋਸ਼ਲ ਮੀਡੀਆ ਦੇ ਉੱਤੇ ਇਹ ਹਿਸਾਬ ਕਿਤਾਬ ਹੀ ਆ ਜਦੋਂ ਆਪਾਂ ਕਿਤੇ ਲਿਖ ਕੇ ਪਾਤਾ ਜਾਂ ਇਹ ਗੱਲ ਹੋਈ ਵੀ ਇਹ ਜਾਂ ਅੰਬ ਬਾਈ ਨੇ ਲਾਇਆ ਜਿਹੜਾ 2.5 ਲੱਖ ਰੁਪਏ ਕਿਲੋ ਵਿਕਦੇ ਆ ਬੂਟੇ ਲਾਏ ਆ ਹਨਾ ਤੁਹਾਡੇ ਕੋਲ ਸੰਪਰਕ ਵੀ ਬਹੁਤ ਲੋਕਾਂ ਦੇ ਕੀ ਤੁਸੀਂ ਉਹਨਾਂ ਨੂੰ ਵੀ ਮਦਦ ਕਰੋਗੇ ਵੀ ਇਹ ਕਿੱਥੋਂ ਕਿਵੇਂ ਬੂਟੇ ਅਸੀਂ ਉਹਨਾਂ ਨੂੰ ਗਾਂ ਤੋਂ ਅਸੀਂ ਆਪ ਵੀ ਇਹ ਨਰਸਰੀ ਵੀ ਛੋਟੀ ਜਿਹੀ ਅਸੀਂ ਬਣਾ ਰਹੇ ਹਾਂ ਵੀ ਜਿਹੜੇ ਬੰਦਿਆਂ ਨੂੰ ਬੂਟੇ ਨਹੀਂ ਮਿਲਦੇ ਸਾਡਾ ਤਾਂ ਸ਼ੌਕ ਅਸੀਂ ਬੂਟੇ ਲਿਆ ਰਹੇ ਹਾਂ ਤੇ ਅਸੀਂ ਬੂਟੇ ਵੀ ਗਾਂ ਸਪਲਾਈ ਕਰਿਆ ਕਰਾਂਗੇ ਪਰ ਗੱਲ ਇਹ ਆ ਵੀ ਜੇ ਭਾਈ ਇਹ ਜਿਹੜਾ ਅੰਬ ਵਿਕਿਆ ਇੰਟਰਨੈਸ਼ਨਲ ਮਾਰਕੀਟ 'ਚ ਜਾਪਾਨ 'ਚ 2.5 ਲੱਖ ਰੁਪਏ ਕਿਲੋ ਵਿਕਿਆ ਇਹਦੀ ਖੇਤੀ ਇੰਡੀਆ 'ਚ ਜੱਬਲਪੁਰ 'ਚ ਹੋ ਰਹੀ ਆ ਜੱਬਲਪੁਰ ਇਹਦਾ ਮਤਲਬ 2-3 ਕਿੱਲੇ ਕਿਸੇ ਬੰਦੇ ਨੇ ਲਾਏ ਆ ਉਹ ਬੰਬੇ ਦੀ ਮਾਰਕੀਟ 'ਚ ਭੇਜਦਾ ਇਹ ਅੰਬ ਤਾਈਆਨੋ ਤਮਾਗੋ ਤੇ ਉੱਥੇ 20-25 ਹਜ਼ਾਰ ਰੁਪਏ ਨੂੰ ਕਿਲੋ ਵਿਕ ਰਿਹਾ ਆਪਣੇ ਇੰਡੀਆ 'ਚ 20-25 ਹਜ਼ਾਰ 20-25 ਹਜ਼ਾਰ ਨੂੰ ਕਿਲੋ ਵਿਕਦਾ ਇਹ ਜਿਹੜੀ ਹੁਣ ਐਡਵਾਂਸ ਟੈਕਨੋਲੋਜੀ ਆ ਤੁਸੀਂ ਐਮਾਜੋਨ ਦੇ ਥਰੂ ਜਾਂ ਇੰਟਰਨੈਟ ਮਾਰਕੀਟਿੰਗ ਦੇ ਥਰੂ ਅਕਾਊਂਟ ਬਣਾ ਕੇ ਤੁਸੀਂ ਇਹਨਾਂ ਦਾ ਚੰਗਾ ਮੁੱਲ ਲੈ ਸਕਦੇ ਆ ਤੁਸੀਂ ਦਿੱਲੀ ਜਾਂ ਚੰਡੀਗੜ੍ਹ ਵੱਡੇ ਸ਼ਹਿਰਾਂ 'ਚ ਤੁਹਾਡੇ ਲਿੰਕ ਹੋਣ ਉੱਥੇ ਤੁਸੀਂ ਐਵੋਕੈਡੋ ਵੇਚ ਸਕਦੇ ਆ ਤੁਸੀਂ ਪਰਸੇਮਨ ਫਰੂਟ ਵੇਚ ਸਕਦੇ ਆ ਤੁਸੀਂ ਇਹ ਅੰਬ ਵੇਚ ਸਕਦੇ ਆ ਬਹੁਤ ਡਿਮਾਂਡ ਇਹ ਬਈ ਆ ਅੰਬ ਲੱਗਿਆ ਹੋਇਆ ਤੁਹਾਡਾ ਬਹੁਤ ਪੁਰਾਣਾ ਬੂਟਾ ਦਾ ਇਹ ਮੇਰੇ ਪਿਤਾ ਜੀ ਦਾ ਲਾਇਆ ਹੋਇਆ ਜੀ ਇਹ ਇਹਦੇ ਜਿੰਨਾ ਐਤਕੀ ਫਲ ਲੱਗਾ ਸੀ ਉਹਦਾ ਤੀਜਾ ਹਿੱਸਾ ਰਹਿ ਗਿਆ ਹਨੇਰੀਆਂ ਕਰਕੇ ਇਹ ਜਿਹੜਾ ਹੈਗਾ ਫਜਲੀ ਅੰਬ ਆਈ 650-650 ਗ੍ਰਾਮ ਦਾ ਅੰਬ ਹੋ ਜਾਂਦਾ ਇੰਨਾ ਡਿਲੀਸ਼ੀਅਸ ਅੰਬ ਆ ਖਾਣ 'ਚ ਇੰਨਾ ਮਿੱਠਾ ਕੋਈ ਅੰਤ ਨਹੀਂ ਗਾ ਇਹਦਾ ਤੇ ਬਹੁਤ ਕਮਾਲ ਆ ਉਹਨਾਂ ਦੀਆਂ ਯਾਦਾਂ
ਮੇਰੀ ਹੁਣ ਇਹੀ ਕੋਸ਼ਿਸ਼ ਰਹਿੰਦੀ ਆ ਹਮੇਸ਼ਾ ਵੀ ਇਹ ਬੂਟੇ ਨੂੰ ਨਾ ਜਦੋਂ ਮਾੜਾ ਮੋਟਾ ਵੀ ਕਿਸੇ ਪਾਸਿਓਂ ਕੋਈ ਮੈਨੂੰ ਵੱਡੀ ਉਮਰ ਦਾ ਬੂਟਾ ਹੋਣ ਕਰਕੇ ਪ੍ਰੋਬਲਮ ਹੋਣ ਲੱਗਦੀ ਆ, ਮੈਨੂੰ ਫਿਕਰ ਪੈਣ ਲੱਗ ਜਾਂਦਾ ਵੀ ਇਹ ਮੇਰੇ ਫਾਦਰ ਦੀ ਨਿਸ਼ਾਨੀ ਹੈ, ਇਹ ਪੁਰਾਣੇ ਬੂਟੇ ਵੀ ਇਹਨਾਂ ਦੀ ਮੈਂ ਹਰ ਹਾਲਤ 'ਚ ਸਾਂਭ ਕਰਨੀ ਆ ਅਤੇ ਇਹਨਾਂ ਨੂੰ ਮਤਲਬ ਕੋਈ ਤਕਲੀਫ ਨਹੀਂ ਹੋਣ ਦੇਣੀ ਅਤੇ ਬਹੁਤ ਵਧੀਆ ਚੱਲ ਰਹੇ ਆ, ਸਾਰੀਆਂ ਐਡਵਾਂਸ ਟੈਕਨੋਲੋਜੀਜ਼ ਅਸੀਂ ਇਹਨਾਂ ਵਾਸਤੇ ਵਰਤ ਰਹੇ ਹਾਂ ਅਤੇ ਬਹੁਤ ਕਾਮਯਾਬ ਆ ਨਾ। ਮੇਰੇ ਤੁਸੀਂ ਦੇਖੋ ਮੈਨੂੰ ਦੋ ਕਿਸਮ ਦੀ ਕਮਾਈ ਆ ਜੀ, ਉੱਪਰ ਮੇਰੇ ਬੂਟੇ ਜਿਹੜੇ ਉਹ ਫਲ ਦੇ ਰਹੇ ਆ, ਹੇਠਾਂ ਇਹਨਾਂ ਦੇ ਥੱਲੇ ਮੈਂ ਜਾਂ ਸੋਆਬੀਨ ਦੀ ਖੇਤੀ ਕਰਦਾ ਜਾਂ ਜਿਹੜੇ ਹਲਦੀ ਦੀ ਖੇਤੀ ਕਰਦਾ ਤੇ ਮੈਂ ਡਬਲ ਕਮਾਈ ਲੈ ਰਿਹਾ। ਇਹ ਨੀ ਵੀ ਮੇਰੇ ਬੂਟਿਆਂ ਨੇ ਥਾਂ ਰੋਕ ਲਿਆ ਤੇ ਹੇਠੋਂ ਕਮਾਈ ਨੀ ਹੋ ਰਹੀ। ਤੇ ਇੱਕ ਹੋਰ ਵੀ ਆ, ਆਕਸੀਜਨ ਵੀ ਤੁਸੀਂ ਵਧੀਆ ਲੈ ਰਹੇ ਹੋ, ਵਾਤਾਵਰਨ ਵਧੀਆ ਹੈਗਾ ਹਨਾ। ਅਨਾਰ ਦੀਆਂ ਵੈਰਾਈਟੀਆਂ ਬਹੁਤ ਵਧੀਆ ਜੀ, ਅਨਾਰ ਵੀ ਨੇੜੇ ਮੇਰਾ ਲੋਕਲ ਸ਼ਹਿਰ 'ਚ ਹੀ ਅਨਾਰ ਜਿਹੜਾ ਗੰਧਾਰੀ ਅਨਾਰ ਐਡਾ ਐਡਾ ਦੇਖਦੇ ਹਾਂ ਉਹ ਸ਼ਹਿਰ 'ਚ ਹੀ ਸੇਲ ਹੁੰਦਾ, ਚੀਕੂ ਹੈਗਾ। ਇਹ ਤਾਂ ਮੇਰੀ ਕਮਜ਼ੋਰੀ ਆ ਵੀ ਮੇਰੇ ਤੋਂ ਉਨੇ ਜਿਹੜੇ ਜਿੰਨੀ ਡਿਮਾਂਡ ਆ ਉਨੇ ਪਲਾਂਟਸ ਲੱਗ ਨਹੀਂ ਰਹੇਗੇ। ਤੇ ਹੁਣ ਬਾਈ ਇੱਕ ਮੈਨੂੰ ਹੋਰ ਦੱਸ ਦਿਓ, ਜਿਵੇਂ ਤੁਸੀਂ ਕਹਿ ਰਹੇ ਸੀ ਵੀ ਖੇਤ ਦੀ ਗੱਲ ਕਰਦੇ ਆ ਹਨਾ ਆਪਾਂ, ਤੁਸੀਂ ਕਹਿ ਰਹੇ ਹੋ ਵੀ ਖੇਤ ਦੇ ਵਿੱਚ ਵੀ ਅਸੀਂ ਬਾਗ ਲਾਇਆ ਗਾ, ਉਹ ਕਿੰਨਾ ਲਾਇਆ, ਕਿੰਨੇ ਕਿੱਲੇ ਚ ਲਾਇਆ? ਉਹ ਮੇਰਾ 3 ਕਿੱਲੇ ਲਾਇਆ ਹੋਇਆ ਜੀ। ਉਹਦੇ 'ਚ ਮੈਂ ਜਿਹੜਾ 200 ਬੂਟਾ ਪਰਸੇਮਣ ਫਰੂਟ ਲਾਇਆ ਜੀ, 200 ਬੂਟਾ ਮੈਂ ਸੇਬ ਦਾ ਲਾਇਆ, 2 ਨਸਲਾਂ ਉਹਦੇ 'ਚ, ਤੇ 200 ਬੂਟਾ 500 ਬੂਟਾ ਉਹਦੇ 'ਚ ਅਮਰੂਦ ਦੀਆਂ ਵਰਾਇਟੀਆਂ, 3 ਬਹੁਤ ਵਧੀਆ ਵਰਾਇਟੀਆਂ, ਹਾਰ ਸਫੈਦਾ, ਤਾਈਵਾਨ ਪਿੰਕ ਅਤੇ ਰੈੱਡ ਡਾਇਮੰਡ, ਇਹ 3 ਲਾਈਆਂ। ਇੱਦੋਂ ਬਿਨਾਂ ਹੁਣ ਮੈਂ ਗੰਗਾਨਗਰ ਤੋਂ ਜਿਹੜਾ ਓਲਿਵ ਫਰੂਟ ਹੈਗਾ ਜਿਹਦਾ ਤੁਸੀਂ ਦੇਖਦੇ ਹੋ ਤੇਲ ਬਹੁਤ ਮਹਿੰਗਾ ਤੇ ਜਿਹਦਾ ਓਲਿਵ ਆਇਲ ਕਹਿ ਦਿੰਦੇ ਹਾਂ, ਓਲਿਵ ਆਇਲ ਪੀਦੇ ਤੇ ਓਲਿਵ ਲੱਗਦਾ, ਉਹਦੇ ਮੈਂ ਇੱਕ ਵਾਰੀ 10 ਕਬੂਟੇ ਖੇਤੀਬਾੜੀ ਯੂਨੀਵਰਸਿਟੀ ਰਾਜਸਥਾਨ ਤੋਂ ਮੰਗਾਏ, ਤਜਰਬਾ ਕਰ ਰਿਹਾ, ਉਹ ਸਫਲ ਹੋ ਗਏ ਤਾਂ ਮੈਂ ਓਲਿਵ ਪਲਾਂਟ ਵੀ ਉੱਥੇ ਲਾ ਰਿਹਾ। ਅਸੀਂ ਨਿੰਬੂ ਦੀ ਇੱਕ ਵਰਾਇਟੀ ਹੈਗੀ ਆ ਬਹੁਤ ਜ਼ਿਆਦਾ, ਉਹ ਵਧੀਆ ਵਰਾਇਟੀ ਆ, ਸਾਰਾ ਸਾਲ ਨਿੰਬੂ ਰਹਿੰਦਾ, NRC 8 ਆ, 100 ਕਬੂਟਾ ਅਸੀਂ ਉਹਦਾ ਲਾਇਆ ਇੱਕ ਵਾਰੀ। ਇਨੀਸ਼ੀਅਲ ਲੈਵਲ 'ਤੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਤਜਰਬਾ ਕਰ ਰਹੇ ਹਾਂ ਅਤੇ ਮੇਰੇ ਖਿਆਲ 'ਚ ਪੂਰਾ ਸਫਲ ਆ। ਜੇ ਤੁਸੀਂ ਕਮਾਈ ਦੀ ਗੱਲ ਕਰੋ ਤਾਂ ਮੇਰਾ ਇਹ ਮੰਨਣਾ ਹੈਗਾ ਵੀ ਸਾਡਾ ਜਿਹੜਾ ਇਹ ਬਾਗ ਆ, ਜਿਹੜਾ ਸਾਡਾ ਪੂਰਾ ਰੋਡ ਮੈਪ ਆ, ਉਹਦੇ ਨਾਲ ਅਸੀਂ 4-5 ਲੱਖ ਰੁਪਇਆ ਕਿੱਲੇ ਦਾ ਕਮਾਵਾਂਗੇ। ਕਹਿਣ ਦਾ ਮਤਲਬ ਵੀ ਇੱਕ ਹੋਰ ਵੀ ਗੱਲ ਮੈਂ ਜਿਹੜੀ ਤੁਹਾਡੀਆਂ ਗੱਲਾਂ 'ਚੋਂ ਫੜ ਰਿਹਾ, ਤੁਸੀਂ 2 ਵਾਰੀ ਰਿਪੀਟ ਵੀ ਕਰਤੀ ਵੀ ਇਕੱਲਾ ਤੁਸੀਂ ਉਸ ਹਿਸਾਬ ਬਿਜ਼ਨਸ ਪਰਪਸ ਤੋਂ ਨਹੀਂ, ਤੁਸੀਂ ਐਕਸਪੈਰੀਮੈਂਟ ਵੀ ਨਾਲ ਦੀ ਨਾਲ ਕਰ ਰਹੇ ਹੋ, ਤੁਸੀਂ ਹੋਰ ਕੁਛ ਵਧੀਆ ਕਿਵੇਂ ਕਰ ਸਕਦੇ ਹੋ ਹਨਾ। ਖਾਸ ਕਰਕੇ ਆਪਾਂ ਆਪਣੀ ਧਰਤੀ ਦੀ ਗੱਲ ਕਰਦੇ ਹਾਂ, ਆਪਣੀ ਤਾਂ ਧਰਤੀ ਹੀ ਸਿਆਉਣਾ ਕਿਹਾ ਗਿਆ ਹੈਗਾ, ਤਾਂ ਇੱਥੇ ਕਿਉਂ ਨਹੀਂ ਕੁਛ ਹੋਊਗਾ? ਦੇਖੋ ਜੀ, ਮੈਂ ਨਾ ਉਹਨਾਂ ਕਿਸਾਨਾਂ ਤੋਂ ਬਹੁਤ ਨਾਰਾਜ਼ ਹਾਂ ਜਿਹੜੇ ਫਸਲਾਂ ਨੂੰ ਅੱਗ ਲਾਉਂਦੇ ਆ। ਮੈਂ ਅੱਜ ਤਾਈਂ ਜ਼ਿੰਦਗੀ 'ਚ, ਮੈਂ ਅਤੇ ਮੇਰੇ ਫਾਦਰ ਨੇ ਅਸੀਂ ਜ਼ਿੰਦਗੀ 'ਚ ਝੋਨਾ ਨਹੀਂ ਲਾਇਆ ਅਤੇ ਨਾ ਅਸੀਂ ਲਾਉਣਾ, ਨਾ ਅਸੀਂ ਕਿਸੇ ਖੇਤ ਨੂੰ ਫਸਲ ਨੂੰ ਅੱਗ ਲਾਈ ਆ ਕਦੇ, ਅਤੇ ਔਰਗੈਨਿਕ ਅਸੀਂ ਆਪ ਰੇਹਾਂ ਬਣਾਉਣੇ ਆ, ਆਪਦੀਆਂ ਸਪਰੇਹਾਂ ਬਣਾਉਣੇ, ਬਹੁਤ ਘੱਟ ਗੰਧਕ ਜਾਂ ਕੁਛ ਅਸੀਂ ਜਿਹੜਾ ਹੈਗਾ ਪੈਸਟੀਸਾਈਡ ਯੂਜ਼ ਕਰਦੇ ਹਾਂ, ਉਹ ਵੀ ਗੰਧਕ ਜਾਂ ਕੋਈ ਹੋਰ ਚੀਜ਼ਾਂ ਜਿਹੜੀਆਂ ਪੋਟਾਸ਼ ਆ ਉਹ ਯੂਜ਼ ਕਰਦੇ ਹਾਂ, ਕੋਈ ਅਸੀਂ ਜ਼ਹਿਰ ਨਹੀਂ ਪਾਉਂਦੇ ਗੇ, ਅਤੇ ਅਸੀਂ ਸੰਤੁਸ਼ਟ ਹਾਂ ਵੀ ਜਿਹੜਾ ਹੈਗਾ ਅਸੀਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਵੀ ਬਲਹਾਰੀ ਕੁਦਰਤ ਵਸਿਆ, ਅਸੀਂ ਉਸ ਕੁਦਰਤ ਦੇ ਵਾਧੇ ਵਿਕਾਸ 'ਚ ਆਪਦਾ ਯੋਗਦਾਨ ਪਾ ਰਹੇ ਹਾਂ, ਜ਼ਹਿਰਾਂ ਖਿਲਾਰ ਕੇ ਉਹਦਾ ਨਾਥ ਨਹੀਂ ਮਾਰ ਰਹੇ। ਹਾਲਾਂਕਿ ਮੈਂ ਇੱਕ ਹੋਰ ਪ੍ਰਸ਼ਨ ਆ, ਸ਼ਾਇਦ ਮੈਨੂੰ ਨਹੀਂ ਪੁੱਛਣਾ ਚਾਹੀਦਾ, ਮੈਂ ਜੇ ਇਹ ਪੁੱਛਾਂ ਵੀ ਜਿਹੜੀ ਤੁਹਾਡੇ ਕੋਲ ਜ਼ਮੀਨ ਆ ਉਹ ਥੋੜ੍ਹੀ ਆ, ਤੁਸੀਂ ਕਿ ਜ਼ਿਆਦਾ ਜ਼ਮੀਨ ਆ? ਨਹੀਂ ਨਹੀਂ, ਮੈਂ ਜਿਹੜੀ ਬਾਗਬਾਨੀ 4 ਕਿੱਲੇ ਜ਼ਮੀਨ 'ਚ ਹੀ ਕਰ ਰਹੇ ਹਾਂ। ਤੁਸੀਂ 4 ਕਿੱਲੇ ਜ਼ਮੀਨ 'ਚ ਹੀ ਕਰ ਰਹੇ ਹੋ? ਹਾਂਜੀ। ਅਤੇ ਇਹ ਜਿਹੜੀ ਤੁਹਾਡੀ ਮਿਹਨਤ ਹੈ ਤੁਹਾਡੇ ਬਾਪੂ ਜੀ ਦੀ, ਮਤਲਬ ਪਿਛਲੇ 20-25 ਸਾਲਾਂ ਦੀ ਪੂਰੀ ਮਿਹਨਤ ਹੈ? ਪੂਰੀ ਮਿਹਨਤ। ਤਾਂ ਜੇ ਆਪਾਂ ਕਿਸਾਨਾਂ ਨੂੰ, ਮੈਂ ਜਾਂਦਾ ਚਾਹੂੰਗਾ, ਜੇ ਤੁਸੀਂ ਕੋਈ ਸੰਦੇਸ਼ ਦੇਣਾ ਗਾ, ਕਈ ਵਾਰੀ ਲੋਕ ਐਂ ਕਹਿ ਦਿੰਦੇ ਵੀ ਸਾਡੇ ਕੋਲ ਅਸੀਂ ਛੋਟੇ ਕਿਸਾਨ ਆ, 2 ਕਿੱਲੇ ਜ਼ਮੀਨ ਆ, 3 ਕਿੱਲੇ, ਵੀ ਉਹ ਕਿਵੇਂ ਸਟਾਰਟਅਪ ਕਰ ਸਕਦੇ ਆ ਜਾਂ ਕਿਵੇਂ ਹੌਲੀ ਹੌਲੀ, ਕਿਉਂਕਿ ਦੇਖੋ ਮਿਹਨਤ ਤਾਂ ਇਹ 20-25 ਸਾਲ ਲੱਗਦੇ ਹੀ ਲੱਗਦੇ ਆ ਕਿਸੇ ਵਧੀਆ ਕਾਰ ਨੂੰ। ਜਿਹੜਾ ਨਹੀਂ, ਅਸੀਂ ਕਿਉਂਕਿ ਸੈਲਫ ਐਕਸਪੀਰੀਅੰਸ 'ਚੋਂ ਆਏ ਹਾਂ ਤਾਂ ਕਰਕੇ ਸਾਨੂੰ 20-25 ਸਾਲ ਲੱਗੇ। ਹਾਂ ਬਿਲਕੁਲ। ਜੇ ਹੁਣ ਜਿਵੇਂ ਸਾਡੇ ਤੋਂ ਕੋਈ ਗਾਈਡੈਂਸ ਲਵੇ ਤਾਂ ਤੁਸੀਂ 5 ਸਾਲਾਂ 'ਚ, ਜਿੱਥੇ ਅਸੀਂ 20 ਸਾਲਾਂ 'ਚ ਪਹੁੰਚੇ ਉੱਥੇ ਤੁਸੀਂ 5 ਸਾਲਾਂ 'ਚ ਪਹੁੰਚ ਸਕਦੇ ਹਾਂ, ਅਤੇ ਇਹਦੇ 'ਚ ਤੁਸੀਂ ਜਿਹੜਾ ਮਤਲਬ ਇਹਦੇ ਨਾਲ ਬੜੀਆਂ ਚੀਜ਼ਾਂ, ਇਹਦੇ ਵਿੱਚ ਤੁਸੀਂ ਮੁਰਗੀ ਫਾਰਮ ਜਿਹੜਾ ਦੇਸੀ ਮੁਰਗੀਆਂ ਰੱਖ ਸਕਦੇ ਆ। ਮੈਂ ਨਹੀਂ, ਮੈਨੂੰ ਨਹੀਂ ਇਸ ਗੱਲ ਦੀ ਨੌਲੇਜ ਵੀ ਉਹ ਮਾਡਲ ਸਹੀ ਆ ਜਾਂ ਗਲਤ ਆ। ਜਿਵੇਂ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਕਹਿ ਰਿਹਾ ਵੀ ਤੁਸੀਂ ਕਿੱਲੇ 'ਚੋਂ 8-10 ਲੱਖ ਰੁਪਇਆ ਆਰਾਮ ਨਾਲ ਕਮਾ ਸਕਦੇ ਹਾਂ, ਪਰ ਮੈਨੂੰ ਇਸ ਗੱਲ ਦੀ ਹੈਰਾਨੀ ਨਹੀਂ ਹੁੰਦੀ ਜਦੋਂ ਮੈਂ ਇਹ ਗੱਲਾਂ ਸੁਣਦਾ ਵੀ ਅਸੀਂ ਥੋੜ੍ਹਾ ਜਿਹਾ ਮਾਰਕੀਟਿੰਗ ਵੱਲ ਧਿਆਨ ਦੇਈਏ ਅਤੇ ਇਹਦੀਆਂ ਨਵੀਆਂ ਟੈਕਨੀਕ ਲਈਏ, ਇਹਦੇ 'ਚ ਕੋਈ ਸ਼ੱਕ ਨਹੀਂ ਗਾ। ਮਧੂਮੱਖੀ ਵੀ ਰੱਖ ਸਕਦੇ? ਮਧੂਮੱਖੀ ਵੀ, ਮੇਰੀ ਵੀ ਸ਼ਾਇਦ ਫਾਰਮ ਹੀ ਰੱਖਿਆ ਔਰਗੈਨਿਕ ਸ਼ਾਇਦ ਮੇਰਾ ਜਾਂਦਾ, ਅਤੇ ਮੈਨੂੰ ਤਾਂ ਖੇਤੀ ਕਦੇ ਘਾਟੇ ਦਾ ਸੌਦਾ ਨਹੀਂ ਲੱਗਦਾ। ਮੈਂ ਇੱਕ ਇੰਨਾ ਪੜ੍ਹਿਆ ਹੋਇਆ ਬੰਦਾ, ਮੈਂ ਮਤਲਬ ਜੌਬ ਦੀ ਥਾਂ ਹੁਣ ਮਤਲਬ ਜੇ ਇਸ ਚੀਜ਼ ਨੂੰ ਪ੍ਰੈਫਰ ਕਰ ਰਿਹਾ ਤਾਂ ਇਹਦਾ ਮਤਲਬ ਇਹ ਲਾਹੇਵੰਦ ਸੌਦਾ ਹੈਗਾ, ਇਹਦੇ 'ਚ ਕੋਈ ਘਾਟਾ ਨਹੀਂ। ਇਹ ਸਾਨੂੰ ਆਪਦਾ ਜਿਹੜਾ ਮਤਲਬ ਦਿਮਾਗ ਹੈਗਾ ਉਹਨੂੰ ਯੂਜ਼ ਕਰਨਾ ਚਾਹੀਦਾ, ਮਾਰਕੀਟਿੰਗ ਟੈਕਨੀਕਸ ਅਪਣਾਉਣੀਆਂ ਚਾਹੀਦੀਆਂ ਅਤੇ ਜਿਹੜਾ ਹੈਗਾ ਵੇ ਅਪਣਾਉਣਾ ਚਾਹੀਦਾ, ਰਾਈਟ ਵੇ ਵੀ ਤੁਸੀਂ ਕਿਵੇਂ ਖੇਤੀ ਕਰਨੀ ਆ, ਇਹ
ਵਧੀਆ ਹੀ ਵਧੀਆ ਇਹ ਕੰਮ ਜੀ। ਸਿਮਰ ਭਾਈ ਤੁਸੀਂ ਆਪਣਾ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਆਪਾਂ ਫਿਰ ਮੈਨੂੰ ਲੱਗਦਾ 1 ਸਾਲ ਬਾਅਦ ਜਾਂ ਸਾਲ ਡੇਢ ਸਾਲ ਬਾਅਦ ਜਾਂ ਕੁਝ ਮਹੀਨਿਆਂ ਬਾਅਦ ਫਿਰ ਦੁਬਾਰਾ ਮਿਲਾਂਗੇ, ਹਨਾ, ਜਿਹੜੀਆਂ ਨਵੀਆਂ ਚੀਜ਼ਾਂ ਤੁਸੀਂ ਲੈ ਕੇ ਆ ਰਹੇ ਹੋ। ਤੁਸੀਂ ਸਾਰੇ ਜਿਹੜੇ ਨਹੀਂ ਤੁਹਾਡੇ ਕੈਮਰਾਮੈਨ ਨੂੰ ਕਹਿ ਕੇ ਸਾਰੇ ਜਿਹੜੇ ਮੈਂ ਸਭ ਤੋਂ ਸਾਰੇ ਮੇਨ ਮੇਨ ਹਾਂ ਜਿਹੜੇ ਲੋਕਾਂ ਨੂੰ ਦਿਖਾਉਣੇ ਆ ਆਪਾਂ ਹੁਣ ਦੇਖਦੇ ਆ, ਇਦੋਂ ਬਾਅਦ ਦੇਖਦੇ ਆ। ਸੋ ਇਹ ਸਿਮਰਨ ਬਾਈ ਸੀਗੇ ਕੋਟਕਪੁਰੇ ਤੋਂ, ਇੱਕ ਬਹੁਤ ਵਧੀਆ ਉਪਰਾਲਾ ਕਰ ਰਹੇ ਆ। ਖਾਸ ਕਰਕੇ ਅਸੀਂ ਵੀ ਲੋਕਾਂ ਨੂੰ ਇਹ ਵੀ ਸਮਝ ਆਉਣੀ ਚਾਹੀਦੀ ਹੈ ਵੀ ਜਿਹੜੇ ਖੇਤਾਂ ਦੇ ਵਿੱਚ ਬਾਬੇ ਨਾਨਕ ਨੇ ਹਲ ਚਲਾਇਆ ਹੋਵੇ, ਜਿਹੜੀ ਧਰਤੀ ਦੇ ਉੱਤੇ, ਉਹ ਜਿਹੜਾ ਧੰਦਾ ਗਾ ਉਹ ਲਾਹੇਬੰਦ ਹੈਗਾ ਹੀ ਆ। ਖਾਸ ਕਰਕੇ ਇਹ ਆਪਣੇ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਹੋਰ ਵੀ ਜ਼ਿਆਦਾ ਆਪਾਂ ਕਹਿ ਦਈਏ ਵੀ ਪਾਵਰ ਜਾਂ ਐਨਰਜੀ ਜਾਂ ਸ਼ਕਤੀ ਦਿੰਦਾ ਗਾ। ਸੋ ਇਸ ਉੱਦਮ ਵੱਲ ਜਾਂ ਸਿਮਰ ਬਾਈ ਹੋਰਾਂ ਨਾਲ ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਇਹ ਕੋਟਕਪੁਰੇ ਦੇ ਵਿੱਚ ਰਹਿੰਦੇ ਨੇ ਤਾਂ ਇਹ ਕਿਵੇਂ ਵੱਖੋ ਵੱਖ ਫਲ ਲਾ ਰਹੇ ਨੇ, ਕਿਵੇਂ ਆਪਦੇ ਵਾਤਾਵਰਣ ਨੂੰ ਸ਼ੁੱਧ ਕਰ ਰਹੇ ਨੇ, ਇਹਨਾਂ ਤੋਂ ਤੁਸੀਂ ਸੇਧ ਲੈ ਸਕਦੇ ਹੋ। ਜਲਦੀ ਹੀ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਜੀ ਟਾਕ ਵਿਦ ਰਤਨ। ਧੰਨਵਾਦ।